ਕਾਂਗਰਸ ਸਰਕਾਰ ਤਾਂ ਸਾਡੇ ਆਪ ਬਣੀਆਂ ਗਲੀਆਂ ਗੁਲੀਆਂ, ਠੀਕ ਹੈ। ਬਾਦਲ ਦੀ ਸਰਕਾਰ 'ਚ ਬਣੀਆਂ ਨਾਲੀਆਂ, ਉਦੋਂ ਦੀਆਂ ਬਣੀਆਂ। ਉਦੋਂ ਬਾਅਦ ਆ ਗਈ 2 ਸਾਲ, ਕੁਛ ਨਹੀਂ ਕਰਿਆ ਇਹਨਾਂ ਨੇ, ਇਕੱਲੀ ਇਹਨਾਂ ਨੇ ਬਿਜਲੀ ਮਾਫ਼ ਕਰੀ। ਐਮ ਐਲ ਏ ਕਿਹੜੇ ਗੂੜਾ ਮਾਰਦਾ? ਸਾਡਾ ਐਮ ਐਲ ਏ ਦਾ ਆਇਆ ਵੀ ਨਹੀਂ ਕਿਤੇ ਪਿੰਡ ਦੇ ਵਿੱਚ। ਅੱਛਾ, ਉਹਦਾ ਮਾਸਟਰ ਸੀਗਾ, ਕੁਰਸੀ 'ਤੇ ਬੈਠਣ ਵਾਲਾ ਕੁਰਸੀ 'ਤੇ ਬੈਠਾ। ਉਹ ਤਾਂ ਕਹਿੰਦੇ ਸੀ ਸੱਥਾ 'ਚ ਲਾਇਆ ਕਰਾਂਗੇ ਸੀ, ਹੁਣ ਤਾਂ ਸਾਰੇ ਆਉਣਗੇ, ਇੱਥੇ ਸਾਡੇ ਪੈਰੀਆਂ 'ਚ ਵੀ ਲਾਉਣਗੇ ਸਾਰੇ। ਆਮ ਆਦਮੀ ਪਾਰਟੀ ਖੁੱਡੀਆਂ ਕਹਿੰਦੇ ਅੱਗੇ ਜਵਾਨ ਤਾਂ ਜ਼ਬਤ ਕਰਵਾ ਦਾਂਗੇ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨਾ ਨਾ, ਉਹ ਤਾਂ ਖੁੱਡੀਆਂ ਖੁੱਡੀ 'ਚ ਵੜੂਗਾ। ਇੱਕ ਬਦਲਾਅ ਹੋ ਗਿਆ ਵੀ ਪਹਿਲਾਂ ਨਾਲੋਂ ਨਸ਼ਾ ਵੱਧ ਗਿਆ, ਇਹ ਬਦਲਾਅ ਜ਼ਰੂਰ ਹੋਊਗਾ। ਹੋਰ ਬਾਪੂ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਬਾਪੂ ਕੀ ਲੱਗਦਾ ਕਿ ਪਿੰਡ 'ਚ ਕੰਮ ਕੁੰਮ ਹੋਏ ਕੋਈ? ਕੰਮ ਜੀ ਕੋਈ ਖਾਸ ਨਹੀਂ ਹੋਏ। ਅੱਛਾ, ਜਿਵੇਂ ਬਾਪੂ ਸਰਕਾਰ ਕਹਿ ਕੇ ਆਈ ਸੀ, ਗੱਲਾਂ ਕਰਕੇ ਆਈ ਸੀ, ਵਾਅਦੇ ਕਰਕੇ ਆਈ ਸੀ, ਉਸ ਮੁਤਾਬਕ ਕੰਮ ਕੁੰਮ ਕਿਵੇਂ ਨਾ ਕੁ ਹੋਇਆ? ਉਹ ਤਾਂ ਵੇਖ ਲਓ ਜੀ, ਕੋਈ ਵੀ ਸਰਕਾਰਾਂ ਬਦਲਦੀਆਂ ਰਹਿੰਦੀਆਂ, ਆਪਦਾ ਸੂਤ ਵਹਿੰਦੇ ਹੈ ਅਤੇ ਕੰਮ ਕੋਈ ਕਰਦਾ ਨਹੀਂ, ਉਹ ਵੋਟਾਂ ਲੈਣ ਵੇਲੇ ਕੁਰਸੀ 'ਤੇ ਚਾਹੀਦੇ ਇਹਨਾਂ ਨੂੰ ਜਿਹਨੂੰ ਮਿਲਦੇ, ਠੀਕ ਹੈ। ਕੰਮ ਕੁੰਮ ਨਾ ਕੋਈ ਸਾਡਾ, ਵੇਖ ਲਓ ਸਰਪੰਚ ਬਣੇ ਸਾਡਾ ਕੁਛ ਨਹੀਂ ਬਣਿਆ ਬਣਾਇਆ, ਨਾ ਕੋਈ ਤੇਰਾ ਝਾੜੂ ਵਾਲੇ, ਨਾ ਕੋਈ ਤੇਰੇ ਕੁਛ ਵੀ ਹੈ। ਜੇ ਬਲਦੇ ਰਾਜ ਸੀਗੇ ਜਿੰਨਾ ਕੁ ਸਾਨੂੰ ਵੀ ਜਾਣੀ, ਸਾਡੇ ਟੇਲਾਂ 'ਤੇ ਅਸੀਂ ਪਾਣੀ ਪੂਣੀ ਮੁਸ਼ਕਲ ਸੀ ਬਹੁਤ ਜ਼ਿਆਦਾ, ਤਾਂ ਟੇਲਾਂ 'ਤੇ ਪਾਣੀ ਤੁਹਾਨੂੰ ਪਤਾ ਹੀ ਕਿਵੇਂ ਪਹੁੰਚਦਾ, ਬਹੁਤ ਮੁਸ਼ਕਲ ਹੈ। ਉਹ ਹਿਸਾਬ ਨਾਲ ਸਾਨੂੰ ਕਨੈਕਸ਼ਨ ਕਨੁਕਸ਼ਨ ਦੇ ਗਿਆ, ਚਲੋ ਮਹਿੰਗੇ ਦਿੱਤੇ, ਪੈਸੇ ਲੱਗੇ, ਸਸਤੇ ਦਿੱਤੇ, ਕਿਵੇਂ ਵੀ ਦਿੱਤੇ, 500 ਫੁੱਟ ਵਾਲੇ ਬੋਰ ਲਾ ਕੇ ਪਾਣੀ ਸਾਡੇ ਚੰਗੇ ਚਾਰ ਨਾਲ ਫਸਲ ਹੋਣ ਲੱਗ ਗਈ, ਅਸੀਂ ਤਾਂ ਆਹੀ ਥੋੜ੍ਹੀ। ਅੱਛਾ, ਜਿਵੇਂ ਵਾਅਦੇ ਕੀਤੇ ਸੀ ਵੀ ਭਾਈ ਅਸੀਂ ਘਰ ਘਰ ਨੌਕਰੀ ਵੀ ਦੇਵਾਂਗੇ, ਪੱਕੇ ਕਾਨੂੰਨ ਵੀ MSP ਦੇ ਬਣਾ ਦਿਆਂਗੇ, ਸਵਾਮੀਨਾਥ ਰਿਪੋਰਟ ਲਾਗੂ ਕੀਤੀ ਇਹਨਾਂ ਨੇ, ਕਹਿੰਦੇ ਸੀ ਲਾਗੂ ਕਰਤੀ? ਕੁਛ ਨਹੀਂ ਕੀਤਾ, ਤੁਹਾਨੂੰ ਤਾਂ ਸਾਨੂੰ ਵੱਧ ਪਤਾ, ਮੈਂ ਤਾਂ ਨਹੀਂ ਮੰਨ ਕੇ ਚਲੋ, 4 ਮਤਾਂ ਬਣਾਉਂਦੇ ਹਾਂ, ਅਨਪੜ੍ਹ ਵਾਲੀ ਗੱਲ ਹੈ, ਤੁਹਾਨੂੰ ਤਾਂ ਇਸ ਕੁਛ ਨਹੀਂ ਕਰਨਾ, ਬਸ ਬਾਅਦ ਤੁਹਾਨੂੰ ਇੱਕੇ ਗੱਲ 'ਚ ਨਿਬੜ ਜੀ, ਬਸ ਇਹ ਪਹਿਲਾਂ ਕੁਝ ਹੋਰ ਹੁੰਦੇ, ਬਾਅਦ 'ਚ ਹੋਰ ਦਿਨ ਕਹਿੰਦੇ, ਠੀਕ ਹੈ। ਅੱਛਾ ਬਾਪੂ, ਸੱਥਾਂ 'ਚੋਂ ਕਹਿੰਦੇ ਸੀ ਸਰਕਾਰ ਚੱਲੂਗੀ, ਸੱਥਾਂ ਦੇ ਪਿੰਡਾਂ ਦੇ ਵਿੱਚੋਂ ਸਰਕਾਰ ਚੱਲਿਆ ਕਰੂਗੀ, ਆਪਾਂ ਅੱਜ ਕੁਛ ਵੀ ਕਹਿ ਦਈਏ, ਹੁਣ ਵਾਅਦੇ ਕੋਈ ਵੀ ਕਰ ਸਕਦਾ, ਅੱਜ ਕੁਛ ਵੀ ਜਿਹਨੇ ਆਉਣਾ, ਜਿਹਨੇ ਕੁਰਸੀ ਲੈਣੀ, ਉਹ ਕੁਛ ਵੀ ਵਾਅਦੇ ਕਰ ਸਕਦਾ, ਅਤੇ ਬਾਅਦ 'ਚ ਪੂਰਾ ਵੀ ਕਰਦਾ ਨਹੀਂ ਪਤਾ, ਸਾਰਿਆਂ ਨੂੰ ਪਤਾ ਵੀ ਕਿਹੜਾ ਆਪਾਂ ਕੁਰਸੀ ਲੈ ਲਓ, ਫਿਰ ਵੇਖੀ ਲਓ, ਜਿਵੇਂ ਜਨਤਾ ਦਾ ਫਿਰ ਆਹੀ ਕੁਛ ਜਾਂਦਾ ਬਣਿਆ, ਇਹ ਹੁੰਦਾ ਆਹੀ ਕੁਛ ਹੋਈ ਜਾਂਦਾ। ਫਰਕ ਲੱਗਿਆ ਕੋਈ? ਕੋਈ ਫਰਕ ਪਿਛਲੀਆਂ ਸਰਕਾਰਾਂ 'ਤੇ ਆ ਸਰਕਾਰਾਂ 'ਚ ਕੋਈ ਫਰਕ ਲੱਗਦਾ? ਪਿਛਲੀਆਂ 'ਚ ਮੈਂ ਤੁਹਾਨੂੰ ਦੱਸ ਕੇ ਹਟਿਆ, ਉਹੀ ਚੀਜ਼ ਵੀ ਸਾਡੇ ਵੀ ਜਿਹੜੇ ਕਨੈਕਸ਼ਨ ਦੇ ਗਏ ਉਹ ਵਧੀਆ ਕਰਕੇ ਜਾਣੀ, ਮਾਲ ਸਾਹਿਬ ਵਰਗੇ ਉਹਨਾਂ ਨੇ ਸਾਡੇ ਚਾਰ ਖੇਤੀ 'ਤੇ ਜਿਹੜਾ ਨਿਰਭਰ ਆ, ਉਹ ਖੇਤੀ ਜਾਣੀ ਆਪਾਂ ਖੇਤੀ ਕਰਦੇ ਹਾਂ, ਖੇਤੀ 'ਤੇ ਹੀ ਹੈ, ਜੇ 500 ਫੁੱਟ ਵਾਲੇ ਪਾਣੀ ਚੰਗੇ ਨਿਕਲਾਏ, ਜੇ ਕਨੈਕਸ਼ਨ ਨਾ ਆਉਂਦਾ ਉਹ ਕਹਿੰਦਾ ਅਸੀਂ ਹੱਥਾਂ ਨੂੰ ਚਲਾਉਂਦੇ, ਜੇ ਕਨੈਕਸ਼ਨ ਦਿੱਤਿਆ ਫਿਰ ਜੀ ਸਾਡੇ 500 ਵਾਲੇ ਬੋਰ ਲੱਗੇ। ਤੁਹਾਡਾ MLA ਪਿੰਡਾਂ 'ਚ ਕਿਹੜੇ ਕਿਹੜੇ ਮਾਰਦਾ? ਕੁਛ ਨਹੀਂ ਮਾਰਦਾ, ਕੋਈ ਨਹੀਂ ਆਇਆ ਨਹੀਂ ਬਾਪੂ ਜੀ, ਜਮਾਂ ਹੀ ਨਹੀਂ ਇੱਥੇ, ਨਹੀਂ ਆ ਕੇ। ਅੱਛਾ, ਉਹ ਤਾਂ ਕਹਿੰਦੇ ਸੀ ਸੱਥਾਂ 'ਚੋਂ ਘਰਾਂ 'ਚ ਤੁਹਾਨੂੰ ਬਾਹਰ ਬੂਹਰ ਜਾਣ ਦੀ ਕਿਤੇ ਲੋੜ ਨਹੀਂ, ਉਹਨਾਂ ਨੂੰ ਤਾਂ ਉਹ ਜਮਾਂ ਬਿਲਕੁਲ ਹੀ ਬੰਦ ਕਰਤਾ ਕੰਮ ਇਹਨਾਂ ਨੇ ਤਾਂ। ਅੱਛਾ, ਹਾਂਜੀ, ਆਏ ਹੀ ਨਹੀਂ ਇੱਥੇ। ਅੱਛਾ, ਨਾ ਨਾ, ਜਿਵੇਂ ਕਹਿੰਦੇ ਸੀ ਨਾ ਬਾਪੂ ਵੀ ਸੱਥਾਂ 'ਚੋਂ ਸਰਕਾਰ ਚਲਾਇਆ ਕਰਾਂਗੇ, ਤੁਹਾਨੂੰ ਕਚਹਿਰੀਆਂ 'ਚ ਜਾਣ ਦੀ ਲੋੜ ਨਹੀਂ, ਪਿੰਡਾਂ ਦੇ ਵਿੱਚ ਅਫਸਰ ਆਇਆ ਕਰਨਗੇ, ਉਵੇਂ ਅਫਸਰ ਆਏ ਪਿੰਡਾਂ 'ਚੋਂ? ਅਫਸਰ ਕਿਹੜੇ ਇੱਥੇ ਦਾ, ਸਰਪੰਚ ਨਹੀਂ ਆਉਂਦਾ ਪਿੰਡਾਂ 'ਚ, ਹੋਰ ਕਿਹਨੇ ਆਉਣਾ ਸੀ, ਕੋਈ ਨਹੀਂ ਆਉਂਦਾ ਇੱਥੇ। ਇਹ ਤਾਂ ਉਸ ਗੱਲਾਂ ਆਉਂਦੀਆਂ ਜਦੋਂ ਕੁਰਸੀ 'ਤੇ ਬਹਿਣਾ ਹੁੰਦਾ, ਚੌੜੇ ਹੋ ਕੇ ਬਹਿ ਜਾਂਦੇ ਆ, ਬਸ ਮੁੜ ਕੇ ਕੋਈ ਨਹੀਂ ਆਉਂਦਾ ਇੱਥੇ, ਕੁਰਸੀ ਨੂੰ ਦੋਨੋਂ ਹੱਥ ਪਾ ਲੈਂਦੇ ਆ, ਨਾ ਉੱਠਣ ਕੁਰਸੀ ਛੱਡਣ 'ਤੇ ਨਾ, ਇਹ ਤਾਂ ਉੱਥੇ ਹੀ ਬਹਿ ਜਾਂਦੇ ਜਰਾ ਹੁਣ। ਪਿੰਡਾਂ 'ਚ ਕੌਣ ਆਵੇ ਗਰੀਬਾਂ ਕੋਲ, ਜਾਂ ਕਿਸਾਨ ਕੋਲ, ਕੋਈ ਨਹੀਂ ਆਉਂਦਾ ਕਿਸਾਨ ਕੋਲ, ਨਾ ਨਾ ਜੀ ਨਾ। MSP ਕਹਿੰਦੇ ਸੀ ਮਿੰਟਾਂ 'ਚ ਦੇ ਦਿਆਂਗੇ, ਚੁੱਟ ਕੇ ਮਾਰ ਮਾਰ ਕੇ ਮਿਲ ਗਏ, ਉਹਨਾਂ ਦੇ ਜੇਬਾਂ 'ਚ ਹੈ,
ਐਮਐਸਸੀ ਸਾਡੇ ਕੋਲ ਕਿੱਥੇ ਆ ਪਿੰਡ 'ਚ ਨੌਕਰੀ ਮਿਲੀ ਸਰਕਾਰ ਕਹਿੰਦੀ ਨੌਕਰੀ ਦੇ ਮੈਂ ਘਰ ਘਰ ਰੁਜ਼ਗਾਰ ਵਾਧੂ ਕਰ ਦਿਆਂਗੇ ਇਹ ਤਾਂ ਇਹਨਾਂ ਨੂੰ ਪਤਾ ਪੁੱਛ ਲਓ ਸਾਰਿਆਂ ਤੋਂ ਕਿੰਨੇ ਦੇ ਬੱਚੇ ਲੱਗੇ ਆ ਕਿਸੇ ਦਾ ਨਹੀਂ ਲੱਗਿਆ ਕੋਈ ਪੈਨਸ਼ਨਾਂ ਕਿਹਾ ਸੀ 2500 ਕਰ ਦਿਆਂਗੇ 2500 ਪੈਨਸ਼ਨ ਸਾਨੂੰ ਤਾਂ ਉਹੀ ਦੇਈ ਜਾਂਦੇ ਆ ਜਿਹੜੀ ਪਿਛਲੀ ਉਹ ਵੀ ਕਦੇ ਐ ਕਿ ਮਹੀਨਾ ਲੇਟ ਦਿੱਤੀ ਹੈ ਹੁਣ ਜਦੋਂ ਪਿੰਡਾਂ 'ਚ ਆਉਣਗੇ ਵੋਟਾਂ ਦਾ ਸਮਾਂ ਫੇਰ ਆ ਗਿਆ ਮਹੀਨੇ ਨੂੰ ਵੋਟਾਂ ਨੇ ਪੁੱਛੋਗੇ ਉਹਨਾਂ ਨੂੰ ਵੋਟਾਂ ਨੂੰ ਦੇਤੀਆਂ ਸਾਨੂੰ ਉਹਨਾਂ ਨੇ ਪਿਲਸ ਨੂੰ ਦੇਤੀ ਉਹ ਜੇ ਵੋਟਾਂ ਦੇ ਜਾਣ ਕੀ ਲੱਗਦਾ ਬਾਪੂ ਐਤਕੀ ਮਾਹੌਲ ਫਿਰ ਬਠਿੰਡੇ ਤੋਂ ਬਠਿੰਡੇ ਦਾ ਮਾਹੌਲ ਵੇਖੋ ਊਂ ਤਾਂ ਲੱਗਦਾ ਤਾਂ ਇੱਕ ਪਾਸਾ ਹੀ ਹੈ ਕਿਹੜਾ ਪਾਸਾ ਲੱਗਦਾ ਬਾਦਲ ਬੋਲ ਕੇ ਬਣ ਜਾਣਗੇ ਹੋਰ ਕਿਹੜਾ ਬਣੂ ਇੱਥੇ ਅੱਛਾ ਸਾਨੂੰ ਤਾਂ ਉਹਨਾਂ ਨੇ ਸਹੂਲਤਾਂ ਦਿੱਤੀਆਂ ਅਤੇ ਝਾੜੂ ਵਾਲੇ ਨੇ ਬਹੁਤ ਸਹੂਲਤਾਂ ਦਿੱਤੀਆਂ ਪੂਰੀਆਂ ਜੀ ਵਾਧੂ ਵਾਧੂ ਇਹ ਕਹਿੰਦੇ ਅਸੀਂ ਸਹੂਲਤਾਂ ਵਾਧੂ ਦਿੱਤੀਆਂ ਉਹ ਸਰਕਾਰ ਨੇ ਤਾਂ ਕੀਤੇ ਡੱਕਾ ਨਹੀਂ ਜਿਹੜਾ ਅਸੀਂ 2 ਸਾਲਾਂ 'ਚ ਕਰਤਾ ਇਹ ਉੱਥੇ ਕਰ ਗਏ ਹੋਣੇ ਦਿੱਲੀ 'ਚ ਇੱਥੇ ਤਾਂ ਕਿਸੇ ਨਹੀਂ ਸਾਡੇ ਪਿੰਡ ਦਾ ਛਾਪੜ ਨਹੀਂ ਕੀਤਾ ਕਿਸੇ ਨੇ ਉਹਨਾਂ ਨੇ ਵਾਕਿਆ ਨਹੀਂ ਕੀਤਾ ਜਿਹੜਾ 2 ਸਰਕਾਰਾਂ ਨੇ ਨਹੀਂ ਸੀ ਕਰਜ਼ਾ ਕਰਾਇਆ ਉਹ ਇਹਨਾਂ ਨੇ ਦੁੱਗਣਾ ਕਰਾਤਾ ਉਹਦੇ ਨਾਲੋਂ 2 ਸਾਲਾਂ 'ਚ ਉਹਦੇ ਨਾਲ ਤਾਂ ਦੁੱਗਣਾ ਹੋ ਗਿਆ ਸਮਝਦੀ ਪਹਿਲਾਂ ਵਾਲੀਆਂ ਸਰਕਾਰਾਂ ਨਾਲ ਤਾਂ ਕਰਜ਼ੇ ਦੁੱਗਣਾ ਹੋ ਗਿਆ 50 ਆ ਚਿੱਟਾ ਵੇਚਤੇ ਸਾਰੇ ਲਾਤੇ ਵੇਚੀ ਚਲੋ ਜਵਾਕ ਮਰੀ ਜਾਂਦੇ ਤਾਂ ਕਹਿੰਦੇ ਨਸ਼ੇ ਦਾ ਲੱਕ ਤੋੜ ਕੇ ਰੱਖਦਾ ਸੀ ਹੈ ਨਾ ਉਹਦਾ ਆਪ ਵੇਚਦੇ ਹੈ ਤੋੜ ਦੱਕਣ ਵੇ ਲੱਕੜ ਤੋੜਦਾ ਆਪ ਵੇਚਦੇ ਹੈ ਉਹਦਾ ਕਹਿੰਦੇ ਜਿਹੜਾ ਅਸੀਂ ਕੰਮ ਕੀਤਾ ਨਾ ਕੋਈ ਸਰਕਾਰਾਂ ਨਹੀਂ ਪਿਛਲੀਆਂ ਕਰ ਕੁਰ ਸਕੀਆਂ ਉਹ ਤਾਂ ਪਤਾ ਹੀ ਹੈ ਸਾਰਿਆਂ ਨੂੰ ਵੀ ਉਹਨਾਂ ਨੇ ਕਿਸੇ ਨੇ ਕੀਤਾ ਹੀ ਨਹੀਂ ਜਿਹੜਾ ਹੁਣ ਇਹਨਾਂ ਨੇ ਕਰਤਾ ਉਹਨਾਂ ਨੇ ਕੀਤਾ ਹੀ ਨਹੀਂ ਉਹਨਾਂ ਨੇ ਆਪੇ ਨਹੀਂ ਕੀਤਾ ਉਹਨਾਂ ਵੇਲੇ ਚਿੱਟਾ ਨਹੀਂ ਸੀ ਕੋਈ ਜਵਾਕ ਨਹੀਂ ਸੀ ਮਰਦਾ ਹੁਣ ਮਰੀ ਜਾਂਦੇ ਹੈਗੇ ਪੀ ਜਾਂਦੇ ਆ ਲੋਕਾਂ ਦੇ ਲੁੱਟ ਖੋ ਹੋਈ ਜਾਂਦੇ ਆ ਰਾਤ ਨੂੰ ਕੋਈ ਇਕੱਲਾ ਬੰਦਾ ਨਿਕਲ ਨਹੀਂ ਸਕਦਾ ਤੁਹਾਡਾ ਐਮ ਐਲ ਏ ਗੇੜੇ ਗੂੜਾ ਮਾਰਦਾ ਸਾਡਾ ਐਮ ਐਲ ਏ ਦਾ ਆਇਆ ਵੀ ਨਹੀਂ ਕਿਤੇ ਪਿੰਡ ਦੇ ਵਿੱਚ ਅੱਛਾ ਉਹਦਾ ਮਾਸਟਰ ਸੀਗਾ ਕੁਰਸੀ 'ਤੇ ਬੈਠਣ ਵਾਲਾ ਕੁਰਸੀ 'ਤੇ ਬੈਠਾ ਉਹਨੇ ਕਦੇ ਪੁੱਛੇ ਨਹੀਂ ਆ ਕੇ ਇਹ ਤਾਂ ਕਹਿੰਦੇ ਸੀ ਆਮ ਘਰਾਂ ਦੇ ਮੁੰਡੇ ਹਾਂ ਸੀ ਤੁਹਾਡੇ ਆਮ ਇੱਥੇ ਹੀ ਰਹਿ ਗਏ ਤੁਹਾਡੇ ਕੋਲ ਉਹਦੀ ਕਹਿੰਦੇ ਆ ਨਾ ਆਮ ਮੁੜਕੇ ਵੱਡੇ ਲੀਡਰਾਂ 'ਚ ਆ ਜਾਂਦੇ ਨਾ ਕੇ ਆਮ 'ਚ ਆਉਂਦੇ ਮੁੜਕੇ ਲੀਡਰਾਂ 'ਚ ਆ ਜਾਂਦੇ ਕੋਈ ਫਰਕ ਨਹੀਂ ਲੱਗਿਆ ਉਹਨਾਂ 'ਚ ਇੱਕ ਪੈਸਾ ਵੀ ਫਰਕ ਨਹੀਂ ਇਹਦੇ ਨਾਲ ਤਾਂ ਜੇ ਉਹ ਦੋਨੇ ਸਰਕਾਰਾਂ ਵਧੀਆ ਸੀ ਕੁਛ ਤਾਂ ਫਾਇਦਾ ਸੀ ਨਸ਼ਾ ਤਾਂ ਹੈ ਨਹੀਂ ਸੀ ਇੰਨਾ ਜਿੰਨਾ ਹੁਣ ਨਸ਼ਾ ਵੱਧ ਗਿਆ ਨਸ਼ਾ ਤਿੱਗਣਾ ਹੋਇਆ ਵੈ ਅੱਛਾ ਇੱਕ ਕਹਿੰਦੇ ਸੀ 2500 ਰੁਪਇਆ ਸੀ ਮਹਿਲਾ ਨੂੰ ਦੇਵਾਂਗੇ ਘਰੇ 2500 ਰੁਪਇਆ ਮਿਲਣ ਲੱਗ ਗਿਆ ਉਹ ਤਾਂ ਪਹਿਲਾਂ ਵਾਲੇ ਵੀ ਕੱਢਣ ਲੱਗ ਪਏ ਉਹਨਾਂ ਅੱਛਾ ਉਹ ਕਿਵੇਂ ਪਹਿਲਾਂ ਵਾਲੇ 2500 ਕੀ ਦੇਣਾ ਸੀਗਾ ਕੁਛ ਨਹੀਂ ਦਿੱਤਾ ਹੁਣ ਵਾਲੀਆਂ ਪੈਨਸ਼ਨਾਂ ਵੀ ਨਹੀਂ ਦਿੰਦੇ ਤਾਂ ਪੂਰੀਆਂ ਕਿਸੇ ਦੇ ਕੱਟ ਅੱਧੇ ਕੱਟ ਲੈਂਦੇ ਕਿਸੇ ਦੇ ਕਿਵੇਂ ਦਿੰਦੇ ਕਿਸੇ ਨੂੰ ਕਿਵੇਂ ਦੇਈ ਜਾਂਦੇ ਜਿਹੜਾ ਰਾਸ਼ਨ ਕਹਿੰਦੇ ਸੀ ਅਸੀਂ ਘਰ ਘਰ ਪਹੁੰਚਾਇਆ ਕਿ ਤੁਹਾਡੇ ਪਿੰਡ 'ਚ ਆਉਂਦਾ ਨਾ ਸਾਡੇ ਕੋਈ ਨਹੀਂ ਆਉਂਦਾ ਘਰ ਘਰ ਰਾਸ਼ਨ ਸਾਡੇ ਤਾਂ ਜਿਹੜੀ ਪੰਜਾਬ ਸਰਕਾਰ ਵੱਲੋਂ ਆਉਂਦੀ ਸੀਗੀ ਉਹ ਵੀ ਕੱਟਤੀ ਸੈਂਟਰ ਵੱਲੋਂ ਆਉਂਦੀ ਹੈ ਜਿਹੜੀ ਉਹੀ ਆਉਂਦੀ ਹੈ ਪੰਜਾਬ ਸਰਕਾਰ ਵਾਲੀ ਸਾਡੀ ਬੰਦ ਕਰਤੀ ਜਿਹੜੀ ਆਉਂਦੀ ਸੀ ਉਹ ਵੀ ਸਾਡੇ ਅੱਧੇ ਕਿਤਾ ਝਾਕਦੇ ਆ ਅਤੇ ਅੱਧੇ ਕੁ ਨੂੰ ਮਿਲੀ ਜਾਂਦੀ ਹੈ ਕੀ ਰੱਖਦਾ ਹੁਣ ਵੋਟਾਂ ਮੰਗਣ ਆਉਣਗੇ ਫਿਰ ਦੂਰੀ ਵਾਰ ਫੇਵਰੇ ਵੋਟਾਂ ਤਾਂ ਫਿਰ ਆ ਗਈਆਂ ਵੋਟਾਂ ਫਿਰ ਉਹੀ ਝਾੜੂ ਨਾਲ ਹੀ ਦੇਵਾਂਗੇ ਉਹਨਾਂ ਨੂੰ ਜਿਹੜੇ ਮੰਗੀਆਂ ਉਹਨਾਂ ਨੇ ਹਾਂ ਝਾੜੂ ਰੱਖ ਰੱਖਿਆ ਡਾਂਗਾਂ 'ਚ ਜੜ ਕੇ ਕਕਾ ਦਿਆਂਗੇ ਭਗਵੰਤ ਮਾਨ ਤਾਂ ਕਹਿੰਦਾ ਅਸੀਂ ਸਾਰੀਆਂ ਜਿੱਤਿਆਂਗੇ ਐਤਕੀ ਜਿੱਤਣਗੇ ਸਾਰੇ ਵਿਆਹ ਕਰਾਉਣ ਦੇ ਮਾਰੇ ਨੇ ਉਹਨੇ ਕਿਹਾ ਸੀ ਉਹ ਕਰਾ ਲਿਆ ਅੱਛਾ ਬਾਕੀ ਬਈ ਯਾਰ ਸਰਕਾਰਾਂ ਦੀ ਆਪਾਂ ਗੱਲ ਕਰਦੇ ਹਾਂ ਕੋਈ ਫਰਕ ਨਹੀਂ ਲੱਗਿਆ ਸਰਕਾਰ ਅਤੇ ਉਹ ਸਰਕਾਰਾਂ 'ਚ ਕੋਈ ਉਹਨਾਂ ਨਾਲੋਂ ਸਾਨੂੰ ਇਹਦੇ 'ਚ ਪੂਰਾ ਘਾਟਾ ਪਿਆ ਸਰਕਾਰ ਦਾ
ਉਹਨਾਂ ਨੇ ਮੰਨ ਕੇ ਚੱਲੋ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਵੀ ਕੰਮ ਕੀਤੇ ਆ ਪੂਰੇ ਠੋਕ ਕੇ ਕੀਤੇ ਜਿਹੜੇ ਕੀਤੇ ਆ, ਠੀਕ ਹੈ ਵੀ ਉਹਨਾਂ ਦੇ ਪਾਸੂ ਮਾਰ ਕੇ ਉਹਨਾਂ ਨੂੰ, ਪਰ ਕੰਮ ਉਹਨਾਂ ਨੇ ਪੂਰੇ ਜ਼ੋਰ ਨੇ ਕੀਤੇ ਜਿੰਨੇ ਵੀ ਕੀਤੇ ਆ। ਕੀ ਲੱਗਦਾ ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਜੇ ਖੜੇ ਹੁੰਦੇ ਆ ਤਾਂ ਉੱਧਰ ਖੁੱਡੀਆਂ? ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਸੰਭਾਵਨਾ 100%। ਉਧਰੋਂ ਆਮ ਆਦਮੀ ਪਾਰਟੀ ਖੁੱਡੀਆਂ ਕਹਿੰਦੇ ਜਮਾਨਤ ਦਾ ਜ਼ਬਤ ਕਰਵਾ ਦਾਂਗੇ, ਆਮ ਆਦਮੀ ਪਾਰਟੀ ਵਾਲੇ ਕਹਿੰਦੇ? ਨਾ ਨਾ, ਉਹ ਤਾਂ ਖੁੱਡੀਆਂ ਖੁੱਡੀ 'ਚ ਵੜੂਗਾ, ਉਹ ਅੱਗੇ ਬਾਦਲ ਨੂੰ ਜਿੱਤ ਗਿਆ ਐਤਕੀ ਨਹੀਂ। ਉਹ ਵੀ ਲੋਕਾਂ ਨੇ ਪਹਿਲੇ ਹੱਥ ਵੇਖਣਾ ਸੀਗਾ ਉਹਨਾਂ ਦਾ ਵੀ ਕੀ ਆ, ਕੋਈ ਬਦਲ ਜੇ ਸਰਕਾਰ ਜਿਹੜੀ ਬਦਲ ਦਾ ਬਦਲ ਕਰਦੇ ਆ, ਹੋ ਜੇ ਬਦਲਾਅ, ਪਰ ਹੋਇਆ ਨਹੀਂ। ਇੱਕ ਬਦਲਾਅ ਹੋ ਗਿਆ ਵੀ ਪਹਿਲਾਂ ਨਾਲੋਂ ਨਸ਼ਾ ਵੱਧ ਗਿਆ, ਇਹ ਬਦਲਾਅ ਜ਼ਰੂਰ ਹੋ ਗਿਆ। ਹੋਰ ਕੋਈ ਬਦਲਾਅ ਹੋਇਆ ਨਹੀਂ? ਕੰਮ ਕੁੰਮ ਕੁਛ ਨਹੀਂ ਹੋਇਆ, ਬਸ ਆਹ ਬਦਲਾਅ ਹੋ ਗਿਆ ਵੀ ਨਸ਼ਾ ਵੱਧ ਗਿਆ। ਤੁਹਾਡੇ ਪਿੰਡ 'ਚ ਪਾਰਕ ਪੂਰਕ ਆ, ਮੈਨੂੰ ਝੀਲ ਝੂਲ ਲੱਗੀ ਜਾਂਦੇ ਪਿੱਛੇ? ਹਾਂ, ਇਹ ਪੂਰੀ ਝੀਲ ਹੈ ਇਹ, ਤੁਹਾਨੂੰ ਸਾਰੇ ਪਿੰਡ 'ਚ? ਹਾਂ, ਇਹ ਸਾਡੇ ਝੀਲ ਪੂਰੀ ਹੈ। ਹਾਂ, ਫਿਰ ਤੁਸੀਂ ਆਖਿਆ ਨੀ ਕਿਤੇ ਐਮਐਲਏ ਨੂੰ ਜਾਂ ਯਾਰ ਜਿਹੜੀ ਝੀਲ ਲੈ ਆਊ ਤਾਂ ਫੇਰ ਹੀ ਦਿਖਾਵਾਂਗੇ ਉਹਨੂੰ? ਆਊਗਾ ਹੁਣ ਜਦੋਂ ਆਊਗਾ ਕੋਈ ਨਾ, ਉਹਨੂੰ ਦਿਖਾ ਲਾਂਗੇ, ਇਹਦੇ ਵੇਦੀ ਟਪਾ ਦਾਂਗੇ ਇੱਕ ਵਾਰੀ। ਅੱਛਾ, ਇੱਕ ਵਾਰੀ ਇਹਦੇ ਵੇਦੀ ਟਪਾ ਕੇ ਦੇਖ ਲਾਂਗੇ, ਉਹਨੂੰ ਬਿਠਾ ਕੇ ਤੇ ਹਵਾ ਦਿਖਾ ਦਾਂਗੇ ਵੀ ਇਹੋ ਜਿਹੀ ਆਉਂਦੀ ਹੈ। ਕਈ ਲੱਗੇ 700 'ਚ ਟਪਾਇਆ, 700 'ਚ ਬੈਠ ਕੇ ਕੰਮ ਕੁੰਮ ਕੀਤੇ ਕਹਿੰਦੇ? ਕੁਛ ਨੀ ਕੁਛ ਨੀ ਬਾਈ ਜੀ, ਸਾਡੇ ਕੋਈ ਇੱਥੇ ਮੁਲਾਜ਼ਮ ਨਹੀਂ ਆਇਆ ਪੁੱਛਣ ਦੱਸਣ, ਕੁਛ ਨਹੀਂ ਆਇਆ ਸਾਡੇ। ਉਹ ਤਾਂ ਕਹਿੰਦੇ ਸੀ ਐਮਐਲਏ ਵੀ ਇੱਥੇ ਬੈਠੇ ਕਰਨਗੇ ਸੱਥਾਂ ਜਾ ਕੇ। ਸਾਡੇ ਤਾਂ ਸੈਕਟਰੀ ਵੀ ਨਹੀਂ ਆਉਂਦਾ, ਉਹ ਐਮਐਲਏ ਦੀ ਤਾਂ ਗੱਲ ਦੂਰ ਹੈ। ਅੱਛਾ, ਕੋਈ ਨਹੀਂ, ਚਲੋ ਆ ਜਾ ਕਰਨਗੇ 5-7 ਦਿਨਾਂ ਤੱਕ, ਬੂਟਾਂ ਤੋਂ ਜਮਾਂ ਨੇੜੇ ਆ ਗਏ। ਆਉਣਦੇ ਜਦੋਂ ਆਉਣਗੇ ਵੇਖਾਂਗੇ ਉਹਨਾਂ ਨੂੰ, ਜਦੋਂ ਆਉਣਗੇ ਉਦੋਂ ਫਿਰ, ਹੁਣ ਤਾਂ ਸਾਰੇ ਆਉਣਗੇ, ਉਦੋਂ ਜਿਹੋ ਜਿਹਾ ਆਉਣਗੇ ਉਦੋਂ ਮਾਹੌਲ ਹੋਇਆ ਉਹ ਜਿਹਾ ਵੇਖ ਲਾਂ। ਅੱਛਾ ਬਾਪੂ, ਇਹਦੇ ਹਮੇਸ਼ਾ ਸਰਕਾਰਾਂ ਚਲ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਿੰਡ 'ਚ ਕੰਮ ਕੁੰਮ ਹੋਇਆ ਪਹਿਲਾਂ ਮੈਨੂੰ ਇਹ ਦੱਸ। ਪਿੰਡ 'ਚ ਕੰਮ ਸਹੀ ਹੋਇਆ ਜੀ, ਸਾਡੇ ਕਾਂਗਰਸ ਸਰਕਾਰ ਵੇਲੇ ਬਹੁਤ ਵਧੀਆ ਗਲੀਆਂ ਬਣੀਆਂ, ਨੇੜੇ ਨੇੜੇ ਪਿੰਡਾਂ 'ਚੋਂ ਸਾਡੇ ਪਿੰਡ ਦੀਆਂ ਰਿਕਾਰਡ ਆ ਗਲੀਆਂ ਦਾ, ਵੇਖਣ 'ਚ ਵੇਖਣ ਆਉਂਦੇ ਆ। ਅਤੇ ਜਿਹੜੇ ਹੁਣ ਸਰਕਾਰ ਬਣੀ ਹੈ ਇਹਨੇ ਰਿਕਾਰਡ ਬਣਾਇਆ? ਨਹੀਂ, ਇਹਨੇ ਕੋਈ ਰਿਕਾਰਡ ਨਹੀਂ, ਇਹਨੇ ਵਾਅਦੇ ਜ਼ਿਆਦਾ ਕਰ ਲਏ, ਇਹਨਾਂ ਤੋਂ ਨਹੀਂ ਉੱਪੜਿਆ ਗਿਆ। ਇਹਨਾਂ ਨੇ ਜਿਹੜਾ ਵਾਅਦਾ ਕਰਿਆ ਸੀਗਾ ਵੀ 1,000 ਰੁਪਇਆ ਬੁੜੀ ਨੂੰ ਦੇਵਾਂਗੇ, ਪੈਨਸ਼ਨ ਵਧਾਵਾਂਗੇ, ਫਿਰ ਫਸਲ ਤਾਂ ਇਹ ਕਹਿੰਦੇ ਸੀ ਅਸੀਂ ਮੁਰਗੀ ਦੇ ਅੰਡਿਆਂ ਤੱਕ ਵੀ ਦੇਵਾਂਗੇ। ਸਾਡੇ ਨਰਮਾ ਪਹਿਲਾਂ ਬਿਲਕੁਲ ਨਹੀਂ ਹੋਇਆ, ਜਿਹਦਾ ਇਹਨਾਂ ਨੇ 1 ਪੈਸਾ ਨਹੀਂ ਦਿੱਤਾ। ਉਦੋਂ ਬਾਅਦ 'ਚ ਕਣਕਾਂ ਦੀ ਗੜੇਮਾਰੀ ਹੋ ਗਈ ਹੈ, ਉਹਦੇ ਬਾਰੇ ਕੋਈ ਇਹਨਾਂ ਦਾ ਮੁਲਾਜ਼ਮ ਵੀ ਨਹੀਂ ਆ ਕੇ ਸਾਡੇ ਵਾਹਣਾਂ 'ਚ ਖੜਾ। ਇਹ ਕਹਿੰਦੇ ਸੀ MSP ਮਿੰਟਾਂ 'ਚ ਦੇ ਦਿਆਂਗੇ, ਅੱਜ ਵੀ ਕਹਿ ਰਹੇ ਨੇ ਕਹਿੰਦੇ ਸਵਾਮੀਨਾਥ ਰਿਪੋਰਟ ਦੇ ਆਧਾਰ 'ਤੇ MSP ਦੇ ਰਹੇ ਕਿਸਾਨਾਂ ਨੂੰ? ਨਹੀਂ ਜੀ, ਕੁਛ ਨਹੀਂ ਹੋਇਆ, ਲਾਰੇ ਜ਼ਿਆਦਾ ਲਾਈ ਜਾਂਦੇ ਆ, ਐਵੇਂ ਖੱਜਲ ਖਰਾਬੀ ਹੈ। ਅੱਛਾ, ਜ਼ਿਮੀਂਦਾਰਾਂ ਦੇ ਹੱਕ 'ਚ ਸਰਕਾਰ ਆਈ ਹੈ ਤਾਂ ਬਾਦਲ ਕੀ ਆਈ ਹੈ? ਜਿਹੜੇ ਆਹ ਤਖ਼ਤ ਪੋਸ 'ਤੇ ਬੈਠੇ ਬਾਦਲ ਕੀ ਦੇਣ ਹੈ? ਨਹੀਂ ਜੀ, ਮੈਂ ਇਤਕੀ ਮੋਟਰਾਂ ਜੇ ਨਾ ਦਿੱਤੇ ਹੋਣਗੇ, ਇਤਕੀ ਜਿਵੇਂ ਨਰਮੇ ਨਹੀਂ ਸੀ ਹੋਏ ਅਤੇ ਜ਼ਿਮੀਂਦਾਰਾਂ ਦਾ ਕੀ ਹਾਲ ਹੋਣਾ ਸੀ। ਅੱਛਾ, ਕੀ ਮਾਹੌਲ ਕੀ ਲੱਗਦਾ ਫਿਰ ਐਤਕੀ ਬਠਿੰਡੇ ਤੋਂ? ਅਸੀਂ ਤਾਂ ਹਰਸਿਮਰਤ ਦੇ ਹੱਕ 'ਚ ਹਰਸਿਮਰਤ ਨੂੰ ਵੋਟ ਪਾਵਾਂਗੇ, ਜਿੱਤੂਗੀ ਵੀ। ਇਹ ਨਹੀਂ ਲੱਗਦਾ, ਇਹ ਕਹਿੰਦੇ ਸੀ ਬਦਲਾਅ ਕਰਕੇ 70 ਸਾਲਾਂ 'ਚ ਉਹ ਕੰਮ ਜਿਹੜੇ ਉਹਨਾਂ ਨੇ ਕੰਮ ਨਹੀਂ ਕੀਤੇ 2 ਸਾਲਾਂ 'ਚ ਕਰਤੇ? ਨਹੀਂ, ਸਾਨੂੰ ਤਾਂ ਇਹਨਾਂ ਦੇ 2 ਸਾਲਾਂ 'ਚ ਕੋਈ ਕੰਮ ਨਹੀਂ ਦਿਸਿਆ ਜੀ। ਅਸੀਂ ਤਾਂ ਇਹ ਹੁਣ ਕਾਂਗਰਸ ਸਰਕਾਰ ਨੂੰ ਮਾੜੀ ਜਾਂਦੀ, ਅਸੀਂ ਕਿਵੇਂ ਆਖਾਂਗੇ ਜੋ ਚੰਨੀ ਨੇ ਸਾਨੂੰ ਇੱਕ ਬੰਦੇ ਨੂੰ 1,00,000 ਰੁਪਇਆ ਦਿੱਤਾ, 17,000 ਨਰਮੇ ਦਾ ਜਿੱਦੇ ਉਹਨਾਂ ਨੇ ਪਾਇਆ, ਅਤੇ ਇਹ ਕਹਿੰਦੇ 17,000 ਘੱਟ, ਅਸੀਂ 50,000 ਪਾਵਾਂਗੇ, ਅਤੇ ਇਹਨਾਂ ਨੇ 50 ਪੈਸੇ ਵੀ ਨਹੀਂ ਦਿੱਤੇ ਸਾਨੂੰ। ਕੋਈ ਲੱਗਿਆ ਨਹੀਂ ਫਰਕ, ਫਿਰ ਆਹ ਸਰਕਾਰ ਦੀ ਗੱਲ ਕਰੀਏ, ਕੋਈ ਲੱਗਿਆ ਨਹੀਂ ਫਰਕ? ਸਾਨੂੰ ਤਾਂ ਸਭ ਨਾਲੋਂ ਮਾੜੀ ਲੱਗੀ ਹੈ। ਅੱਛਾ, MLA ਮਾਰਦਾ ਪਿੰਡ 'ਚ ਕਿਹੜੇ? ਨਹੀਂ, ਸਾਡੇ MLA ਨਹੀਂ ਆਇਆ, ਉਹ ਤਾਂ ਮੂੰਹ ਫੋਨ ਵੀ ਨਹੀਂ ਆਇਆ ਜਦੋਂ। ਉਹ ਤਾਂ ਕਹਿੰਦੇ ਸੀ ਸੱਥਾ 'ਚੋਂ ਚੱਲਿਆ ਕਰੂਗੀ ਸਰਕਾਰ, ਤੁਹਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ, ਤਹਿਸੀਲਾਂ 'ਚ ਜਾਣ ਦੀ ਲੋੜ ਹੀ ਨਹੀਂ। ਨਹੀਂ, ਸਿਰਫ ਵੋਟਾਂ ਤੋਂ ਪਹਿਲਾਂ ਪਹਿਲਾਂ ਜ਼ਰੂਰ ਆਉਂਦਾ ਰਿਹਾ, ਵੋਟਾਂ ਬਾਅਦ ਨਹੀਂ ਆਇਆ ਕੋਈ। ਅੱਛਾ, ਅਤੇ ਕੋਈ ਇੱਥੇ ਅਫਸਰ ਆਉਂਦੇ ਰਹੇ ਆ ਪਿੰਡਾਂ 'ਚੋਂ ਸੱਥਾਂ ਨੂੰ ਸਰਕਾਰ ਚਲਾਉਣ ਦੇ ਲਈ?
ਨਹੀਂ ਕੋਈ ਸਾਡੇ ਖਾਸ ਨਹੀਂ ਆਇਆ, ਸਾਡੇ ਤਾਂ ਆਮ ਆਪਾਂ ਪਿੰਡਾਂ 'ਚ ਪਸ਼ੂ ਮਾਰੀ ਹੋਈ, ਬਿਮਾਰੀਆਂ ਹੋ ਗਈਆਂ, ਉਦੋਂ ਵੀ ਕੋਈ ਸਾਡੇ ਅਫਸਰ ਨਹੀਂ ਆਇਆ, ਕੋਈ ਏਡਾ ਨਹੀਂ ਹੋਇਆ ਸਾਡੇ ਤਾਂ। ਕੋਈ MLA ਨਹੀਂ ਆਇਆ? ਨਹੀਂ, ਸਾਡੇ ਕੋਈ MLA ਨਹੀਂ ਆਉਂਦਾ ਜੀ। ਮੰਤਰੀ ਖੜਾ ਹੋ ਗਿਆ ਇੱਥੋਂ, ਖੇਡ ਜਿਹੜਾ ਹੈਗਾ ਆਪਣਾ ਖੇਤੀਬਾੜੀ ਮੰਤਰੀ। ਖੇਡ ਮੰਤਰੀ ਦਾ ਤਾਂ ਉਦੋਂ ਪਤਾ ਲੱਗੂਗਾ ਜਦੋਂ ਸਾਡੇ ਤੱਕ ਵੋਟਾਂ ਮੰਗੂ, ਉਦੋਂ ਪੁੱਛਾਂਗੇ ਵੀ ਤੁਸੀਂ 50,000 ਕਹਿੰਦਾ ਸੀ ਕਿੱਥੇ ਪਾਇਆ ਦੱਸ। ਜੋ ਖੇਤੀਬਾੜੀ ਮੰਤਰੀ ਖੜਾ ਕਰਿਆ ਤੁਹਾਨੂੰ ਇਹੀ ਪੁੱਛਾਂਗੇ, ਦੱਸੋ ਕਿਹੜਾ ਸਾਡੀ ਫਸਲ ਨੂੰ ਮੁਆਵਜ਼ਾ ਦਿੱਤਾ। ਹੁਣ ਪਿੰਡਾਂ 'ਚ ਆਉਣਗੇ ਵੋਟਾਂ ਮੰਗਣ? ਹਾਂ, ਉਦੇ ਕਰਾਂਗੇ ਗੱਲ ਉਹਨਾਂ ਨਾਲ। ਚਲੋ ਬਾਈ ਬੈਠਾ, ਬਾਈ ਜੀ ਬਠਿੰਡੇ ਪਾਰਟੀ ਜਿੱਤੂਗੀ। ਬਹੁਤ ਕੰਮ ਕਰਤੇ, ਬਹੁਤ ਕੰਮ ਕਰਤੇ ਜਿੰਨੇ ਵੀ ਕਹਿਣਗੇ ਸਾਡੇ। ਕਿਹੜੇ ਕਿਹੜੇ ਕੰਮ ਕਰਤੇ ਸਾਡੇ? ਹੁਣ ਜਿਵੇਂ ਬਿੱਲ ਮਾਫ ਆ ਜੀ, ਬਿਜਲੀ ਦਾ ਤੋੜਾ ਸੀ ਉਹ ਸਾਨੂੰ ਘੱਟ ਆਉਣ ਦਿੱਤਾ, ਮੰਨ ਲਓ 24 ਘੰਟੇ ਬਿਜਲੀ ਮੋਟਰਾਂ ਵਾਲੀ ਆਈ ਜਾਂਦੇ, ਗੈਸ ਸੁੱਚ ਤੇ ਹੱਥ ਧਰ ਕੇ ਬਹਿ ਜਾਂਦੇ ਸੀ ਵੀ ਆਊਗੀ, ਦੇਖੀ ਜਾਂਦੇ ਜਾਂ ਆ ਗਈ, ਜਦੋਂ ਸਾਰਿਆਂ ਨੇ ਛੱਡ ਲਈਆਂ ਫਿਰ ਉੱਡ ਗਈ, ਫਿਰ ਆ ਗਏ, ਫਿਰ ਸੁੱਚ ਤੇ ਹੱਥ ਧਰ ਲਿਆ ਫਿਰ ਉੱਡ ਗਈ, ਆਹ ਹਾਲ ਸੀ। ਹੁਣ ਅਸੀਂ ਕਦੇ ਰਾਤ ਨੂੰ ਪਾਣੀ ਲਾ ਕੇ ਨਹੀਂ ਵੇਖਿਆ, 2 ਸਾਲ ਹੋ ਗਏ ਦਿਨੇ ਪਾਣੀ ਲਾਉਣੇ ਮੋਟਰਾਂ ਦੇ। ਤੁਹਾਡੇ ਏਰੀਏ 'ਚ ਤਾਂ ਫਸਲਾਂ ਦਾ ਅਤੇ ਪਸ਼ੂਆਂ ਦਾ ਜ਼ਿਆਦਾ ਨੁਕਸਾਨ ਹੋਇਆ, ਮੁਆਵਜ਼ਾ ਮਿਲਿਆ? ਨਹੀਂ ਨਹੀਂ ਕੋਈ ਖਾਸ ਨੁਕਸਾਨ ਨਹੀਂ, ਸਾਡੇ ਕਣਕ ਜਿਵੇਂ ਅੱਗੇ 60 ਮਣ ਨਿਕਲਣੀ ਸੀ ਅਤੇ ਹੁਣ 55 ਮਣ ਨਿਕਲੂਗੀ, 5 ਕੁ ਮਣ ਦਾ ਨੁਕਸਾਨ ਹੈਗਾ ਜ਼ਰੂਰ, ਜ਼ਿਆਦਾ ਕੋਈ ਨੁਕਸਾਨ। ਪਿਛਲੇ ਪਿੰਡਾਂ 'ਚ ਬਾਈ ਸੀ ਜਾ ਕੇ ਆਉਂਦਾ, ਬੁਰਾ ਹਾਲ ਹੀ ਆ ਪਿੰਡਾਂ ਦਾ, ਕੁਛ ਨਹੀਂ, ਪਸ਼ੂਆਂ ਦੇ ਪਸ਼ੂ ਪਿੰਡਾਂ ਦੇ ਪਿੰਡ ਵਿਹਲੇ ਹੋ ਗਏ, ਪਸ਼ੂ ਮਾਰੇ ਪਏ ਆ ਪਿੰਡ, ਚਲੇ ਨਾ ਤਾਂ ਬਿਮਾਰੀ ਪਸ਼ੂਆਂ ਨੂੰ ਆਈ ਆ ਹਾਲ ਤੱਕ ਅਤੇ ਨਾ ਕੋਈ ਐਡਾ ਕਣਕ ਦਾ ਨੁਕਸਾਨ ਹੈ। ਮੈਂ ਤਾਂ ਸੁਣ ਦਿੰਦਾ ਵੀ ਪਸ਼ੂਆਂ ਨੂੰ ਬਿਮਾਰੀ ਗੜੇ ਮਾਰੀ ਬਹੁਤ ਹੈਗੀ ਆ, ਪਰ ਕਈ ਏਰੀਆ 'ਚ ਹੈਗੇ ਸਾਡੇ ਹੈ ਨਹੀਂ ਵਾਲੇ, ਉਹ ਵੀ ਆਪਣੇ ਕਿਸਾਨ ਭਾਈ ਹੈ। ਹਾਂ ਹੋਣਗੇ, ਪਰ ਅਸੀਂ ਐਂ ਨਹੀਂ ਕਹਿੰਦੇ ਵੀ ਸਾਡੇ ਪਿੰਡ 'ਚ ਚਲੇ ਕੋਈ ਨੁਕਸਾਨ ਨਹੀਂ ਚੀਜ਼ ਦਾ। ਅੱਛਾ, ਇਹ ਕਹਿੰਦੇ ਸੀ ਆਮ ਘਰਾਂ ਦੇ ਅਸੀਂ ਹੈਗੇ ਹਾਂ ਪਿੰਡਾਂ 'ਚੋਂ ਸੱਥਾਂ 'ਚੋਂ ਸਰਕਾਰ 'ਚ ਲਿਆ ਕਰੂ, ਇਹ ਤਖ਼ਤ ਪੋਸ਼ 'ਤੇ ਕਦੇ ਆਮ ਘਰਾਂ ਦੇ MLA ਇੱਥੇ ਆਏ ਨੇ? ਹਾਂਜੀ, 1-2 ਵਾਰੀ ਸਾਡੇ ਪਿੰਡ 'ਚ ਆਇਆ MLA। ਅੱਛਾ, ਹਾਂਜੀ, 2-2 ਸਾਲ 'ਚ 1-2 ਵਾਰੀ? ਇੱਕ ਨਾ, ਊਂ ਤਾਂ ਕਈ ਵਾਰੀ ਆਇਆ, ਜਦੋਂ ਸਾਦੇ ਉਦੋਂ ਵੀ ਆਉਂਦਾ, ਐਡੀ ਗੱਲ ਨਹੀਂ। ਗ੍ਰਾਂਟ ਗਰੂੰਟ ਪਿੰਡ ਨੂੰ ਕਿੰਨੀ ਕੀਤੀ? ਗ੍ਰਾਂਟ ਹਾਲੇ ਨਹੀਂ ਕੋਈ ਆਈ ਹੈ ਮੈਂ ਕਹਿਦਗੀ। ਅੱਛਾ, ਫਿਰ ਤਾਂ ਸਮਾਂ ਤਾਂ 2 ਸਾਲ ਹੀ ਰਹਿ ਗਏ, ਫਿਰ ਇਸ ਤੋਂ ਬਾਅਦ ਆਉਣਗੇ ਜੀ, ਹੁਣ ਚੱਲੂਗਾ ਕੰਮ ਗ੍ਰਾਂਟਾਂ ਦਾ ਹਾਲੇ। ਅੱਛਾ, ਇਹਨਾਂ ਨੇ ਮਤਲਬ ਵਾਅਦੇ ਕੀਤੇ ਸੀ ਬਈ 1,000 ਰੁਪਇਆ ਅਸੀਂ ਘਰੇ ਮਹਿਲਾ ਨੂੰ ਦੇਵਾਂਗੇ ਜਾਂ 2,500 ਪੈਨਸ਼ਨ ਕਰ ਦਿਆਂਗੇ, ਉਹ ਆਊਗਾ ਜੀ, ਹਲੇ ਕੁਛ ਨਹੀਂ ਆਖਿਆ, ਇਵੇਂ ਕਹਿ ਦੇ ਕਿ ਤੁਹਾਨੂੰ ਨਾ 1,000 ਰੁਪਇਆ ਆਇਆ ਨਾ ਪੈਨਸ਼ਨ ਕਰੀ ਹੈ, ਕਰਨਗੇ ਜ਼ਰੂਰ, ਹਲੇ ਉਹਦਾ ਟਾਈਮ ਲੱਗੂਗਾ। ਇਹ ਤਾਂ ਕਹਿੰਦੇ ਜਿਹੜੇ ਹੈਗੇ ਬਈ ਆਮ ਘਰਾਂ ਦੇ ਮੁੰਡਿਆਂ ਨੂੰ ਅਸੀਂ ਵੋਟਾਂ ਜਿਹੜੇ ਹੈਗਾ ਟਿਕਟਾਂ ਦੇਵਾਂਗੇ, ਇਹਨਾਂ ਨੇ ਤਾਂ ਫਿਰ ਮੰਤਰੀਆਂ ਨੂੰ ਦਿੱਤੀਆਂ, ਵਿਚਾਰੇ ਤੁਹਾਡੇ ਵਰਗੇ ਵਰਕਤ ਐਵੇਂ ਦਰੀਆਂ ਝੜਦੇ ਰਹਿ ਗਏ। ਉਹ ਤਾਂ ਹੁਣ ਜੀ ਸਰਕਾਰ ਆਪਦੀ ਪਾਰਟੀ ਦੇ, ਆਪਾਂ ਨੂੰ ਉਹਦੇ ਬਾਰੇ ਨਹੀਂ ਆਪਾਂ ਕੁਛ ਕਹਿ ਸਕਦੇ। ਫਰਕ ਲੱਗਦਾ ਬਈ ਇਸ ਪਾਰਟ ਸਰਕਾਰ ਅਤੇ ਦੂਜੀ ਸਰਕਾਰਾਂ ਦੇ ਵਿੱਚ? ਸਾਨੂੰ ਤਾਂ ਬਹੁਤ ਫਰਕ ਹੈ, ਜਿਹੜੇ 2-4 ਕਿੱਲਿਆਂ ਵਾਲਾ ਜ਼ਿਮੀਂਦਾਰ ਆ ਉਹਨੂੰ ਤਾਂ ਬਹੁਤ ਫਰਕ ਹੈ, ਵੱਡੇ ਦਾ ਪਤਾ ਨਹੀਂ ਵੀ ਉਹਨੂੰ ਹੈਗਾ ਕਿ ਨਹੀਂ ਹੈਗਾ, ਸਾਨੂੰ ਤਾਂ ਬਹੁਤ ਫਰਕ ਹੈ। ਅੱਛਾ, ਸਾਨੂੰ ਤਾਂ ਹੁਣ ਮੰਨ ਕੇ ਚੱਲੋ ਘਰ ਦਾ ਬਿੱਲ ਲੱਗੇ 5,000 ਆਉਂਦਾ ਸੀ ਮਹੀਨੇ ਦਾ, ਉਹ ਮਾਫ਼ ਹੋ ਗਿਆ, ਰਾਸ਼ਨ ਪਾਣੀ ਮਿਲੀ ਜਾਂਦਾ, ਬਸ ਜਿਹੜੀਆਂ ਸਹੂਲਤਾਂ ਸਾਨੂੰ ਦਿੱਤੀਆਂ ਵਧ ਗਿਆ। ਹੋਰ ਬਾਪੂ ਜੀ ਕਿਵੇਂ, ਠੀਕ ਠਾਕ ਹੋ? ਬਸ ਵਧੀਆ ਜੀ, ਕੰਮ ਕਰੀ ਜਾਈਦਾ, ਠਗ ਠਗ ਚੱਲਿਆ, ਜੇ ਵਿਹਲੇ ਬਹਿ ਜਾਈਏ ਤਾਂ ਤੁਸੀਂ ਫਿਰ ਕੋਈ ਨਹੀਂ ਦੇਖੇ ਜਾਂਦਾ, ਗੱਲ ਮੁੱਕ ਗਈ ਆਪਣੀ ਤਾਂ, ਆਪਣਾ ਤਾਂ ਕੰਮ ਨਾਲ ਵਿਹਾਰ ਹੈ, ਖੇਤੀ ਕਰਦਿਆਂ ਤਾਂ ਵਧੀਆ ਦਾ ਕਾਰੋਬਾਰ ਚੱਲੀ ਜਾਂਦਾ, ਸਿੱਧੀ ਗੱਲ ਹੈ, ਐਵੇਂ ਕਹਿ ਦਈਏ। ਆਹ ਸਾਡੀ ਕੱਚੀ ਵਿੱਢੀ ਨੂੰ 6 ਮਹੀਨੇ ਹੋ ਗਏ, ਜੇ ਬਾਦਲ ਸਰਕਾਰ ਨੇ ਵੋਟਾਂ ਦਾ ਤਾਂ ਸਾਡੀ ਕਣਕ ਨਹੀਂ ਹੋਣੀ ਸੀ, ਇਹ ਕਿਤੋਂ ਵਿਹਲੇ ਬੈਠੇ ਹੁੰਦੇ, ਨਾ ਵੱਢਣੀ ਪੈਣੀ ਸੀ, ਨਜ਼ਾਰਾ ਹੀ ਸੀ। ਇਹ ਜਿਹੜੀ ਕੱਸੀ ਵਾਲਾ, ਇਸ ਸਰਕਾਰ ਨੇ ਕੀਤਾ ਸੀ ਕੰਮ? ਪਤਾ ਨਹੀਂ ਬਣਦਾ, ਇਹ ਸਰਕਾਰ ਚ ਲੱਗੀ ਸੀ, ਸਿਰੇ ਚੜੇ ਤਾਂ ਪਤਾ ਲੱਗੂ ਕਿਹੜੀ ਸਰਕਾਰ ਚੜਾਊਗੀ। ਫਿਰ ਪਾਣੀ ਦਾ ਔਖੀ ਹੋਇਆ ਪਿਆ, ਫਿਰ ਇਹ ਬਾਦਲ ਕਹਿੰਦੇ ਤਾਂਗੇ ਗੁਣ ਗਾਉਣੇ, ਮਜਾਨੇ ਸਟਾਟਰ ਨੱਪ ਲੈਂਦੇ, ਤੇ ਜੇ ਅੱਜ ਸਾਡੇ ਕੋਲ ਕੱਸੀ ਆ ਮੋਟਾ ਨਾ ਆਉਂਦਾ, ਤੇ ਭਗਵੰਤ ਮਾਨ ਬਿਜਲੀ ਦੇ ਦਿੰਦਾ, ਸਾਡੇ ਕਿਤੇ ਮੋਟਰ ਨੀ ਹੁੰਦਾ, ਕੀ ਚਲਾਉਂਦੇ ਸੀ ਉਹਦੇ ਤੇ, ਹੱਥ ਤਾਂ ਆਪਣਾ ਜਾ ਕੇ ਚੰਬੜ ਜਾ ਕਰਦੇ ਬਿਜਲੀ ਨੂੰ, ਨਹੀਂ ਸਹੀ ਗੱਲ ਹੈ, ਆਹ ਚੀਜ਼ਾਂ ਸੁਣਨ ਦਿਸੀ ਜਾਂਦਾ। MLA ਆਊਗਾ ਨੂੰ ਪੁੱਛੋ ਨਾ ਫਿਰ ਕੱਸੀ ਬਾਰੇ,
ਆਪਾਂ ਜੀ ਅਕਾਲੀ ਬਾੜੀ ਆਪਾਂ ਮੇਰੇ ਨਾਲ ਗੱਲ ਹੀ ਨਹੀਂ ਕਰਦੇ, ਉਹ ਪਾਰਟੀਆਂ ਪਾਣੀ ਤਾਂ ਸਾਰੀ ਲਾਉਂਦੇ ਬਾਪੂ, ਅਕਾਲੀ ਕਾਂਗਰਸ ਤਾਂ ਨਹੀਂ ਕੋਲੇ ਆਉਂਦਾ ਜੀ ਜਿਹੜੇ ਰੋਕਟਾ ਵਾਲੇ ਬੰਦੇ ਹੁੰਦੇ। ਹਾਂ ਤੇ ਉਹ ਫਿਰ ਤੁਸੀਂ ਜਾਂਦੇ ਆਪਣੀ ਕੱਸੀ ਦਾ ਸਰਵਾ ਕਰ ਜਾਓ ਵੀ ਕਿੱਥੇ ਜੇ। ਕਾਲੀਆਂ ਨੇ ਮੇਨ ਬੰਦਾ ਕਾਲੀਆਂ ਦਾ ਸੀ ਜਿਹਨੇ ਕੱਸੀ ਰੋਕੀ ਹੈ। ਠੀਕ ਹੈ ਗੱਲ ਚਾਚੇ ਦੀ ਸਹੀ ਹੈ, ਜੇ ਮੋਟਰਾਂ ਕਨੈਕਸ਼ਨ ਨਾ ਦਿੰਦਾ ਤੇ ਬਿਜਲੀ ਫਿਰ ਕੀ ਕਰੀ ਜਾਂਦੇ, ਕੱਲੀ ਬਿਜਲੀ ਘਰਾਂ ਦੀ ਹੈ। ਕੱਲਾ 1,000 ਰੁਪਇਆ 500 ਰੁਪਇਆ ਬਿੱਲ ਮਾਫ਼ ਕਰਿਆ ਬਾਦਲਾਂ ਦੀ ਸਰਕਾਰ 'ਚ, ਇਹ ਬਿੱਲ ਹੀ ਹੈ ਪੈਲਸਨ ਬਾਦਲਾਂ ਨੇ ਲਾਈ ਹੈ, ਸਾਰਾ ਕੁਛ ਬਾਦਲਾਂ ਨੇ ਲਾਇਆ ਸੀ, ਇਹਨਾਂ ਨੇ ਵਧਾਇਆ ਹੈ ਮਾੜਾ ਮਾੜਾ, ਇਹਨਾਂ ਤਾਂ ਵਧਾਇਆ ਹੀ ਨਹੀਂ ਆਮ ਪਾਰਟੀ ਨੇ ਤਾਂ। ਕਾਂਗਰਸ ਨਾ 5,000 ਜੀ, 25 ਥੋੜ੍ਹੀ ਕਹੀ ਜਾਂਦੇ ਜੀ, 5,000 ਕਰਤੀ ਜੀ ਉਹਨਾਂ ਨੇ, 1,000 ਰੁਪਏ ਕਰੇ ਆਉਣ ਲੱਗੇ ਬੀਬੀ ਵਰਗੇ ਆ ਗਏ ਸੀ ਵੋਟਾਂ ਤੋਂ ਆਉਣ ਲੱਗ ਗਏ, ਉਹ ਤਾਂ ਬੈਂਕ 'ਚ ਖਾਤੇ 'ਚ ਪਏ ਸਾਡੇ ਜਮ੍ਹਾਂ ਹੋਏ। ਹਾਂ ਉਹ ਮੁੜੀਆਂ ਦਾ ਹੋ ਗਿਆ 20-25 ਹਜ਼ਾਰ ਜਮ੍ਹਾਂ, ਅਤੇ ਜਿਹੜਾ ਬੰਦਿਆਂ ਦੀ ਪੈਲਸਨ ਹੈ ਉਹ ਮਤਲਬ 70-80 ਹਜ਼ਾਰ ਹੋ ਗਈ। ਹਾਂ 2 ਸਾਲਾਂ ਦੇ ਇਹਨਾਂ ਦੀ, ਇਕੱਲਾ ਇਹਨਾਂ ਨੇ ਬਿੱਲ ਮਾਫ਼ ਕਰਿਆ ਜੀ, ਠੀਕ ਹੈ ਹੋਰ ਕੁਛ ਨਹੀਂ ਕਰਿਆ। ਕਾਂਗਰਸ ਸਰਕਾਰ 'ਚ ਸਾਡੇ ਆ ਬਣੀਆਂ ਗਲੀਆਂ ਗੁਲੀਆਂ, ਠੀਕ ਹੈ ਬਾਦਲ ਦੀ ਸਰਕਾਰ 'ਚ ਬਣੀਆਂ ਨਾਲੀਆਂ, ਉਦੋਂ ਬਣੀਆਂ, ਉਦੋਂ ਬਾਅਦ ਆ ਗਈ 2 ਸਾਲ ਕੁਛ ਨਹੀਂ ਕਰਿਆ ਇਹਨਾਂ ਨੇ, ਇਕੱਲੀ ਇਹਨਾਂ ਨੇ ਬਿਜਲੀ ਮਾਫ਼ ਕਰੀ ਹੈ ਬਾਈ, ਕੰਮ ਬਹੁਤ ਕਿਤੇ ਵਿਕਾਸ ਲੱਕ ਤੋੜਤੇ ਬੰਦਾ, MLA ਆ ਜੇ ਜਾਂ ਕੋਈ ਹੋਰ ਆ ਜੇ ਸਾਡੇ ਪਿੰਡ 'ਚ ਆ ਕੇ ਐਦਾਂ ਦੇ ਵੀ ਪਾ ਇਹਦੇ ਆਮ ਦੀ ਪਾਰਟੀ 'ਚ ਕੰਮ ਹੋ ਗਿਆ, ਆਉਣਗੇ ਉਹ ਤੁਹਾਨੂੰ ਵੋਟ ਲੈਣਾ ਯਾਰ, ਉਦੋਂ ਆਉਣਗੇ ਬਾਈ ਤੇ ਫਿਰ ਇੱਥੇ ਝੋਲੀਆਂ ਭਰ ਕੇ ਲੈ ਜਾਣਗੇ। ਇਹਨਾਂ ਨੇ 2 ਸਾਲਾਂ ਦੇ ਵਿੱਚ ਕੋਈ ਨਵਾਂ ਕੰਮ ਨਹੀਂ ਕਰਿਆ, ਇਕੱਲਾ ਬਿਜਲੀ ਦਾ ਬਿੱਲ ਮਾਫ਼ ਕਰਿਆ, ਠੀਕ ਹੈ ਸਾਡੇ ਨਰਮਾ ਮਰਿਆ ਸੀ ਉਦੋਂ ਪਿਛਲੇ ਸਾਲ ਚੰਨੀ ਦੀ ਸਰਕਾਰ ਵੋਟਾਂ ਆਉਣੀਆਂ ਸੀ, ਉਹਨੇ 17-17 ਹਜ਼ਾਰ ਰੁਪਇਆ ਕਿੱਲੇ ਨੂੰ ਪਾਇਆ, ਸਾਡੇ ਕੋਲ 1.5 ਕਿੱਲਾ ਹੈ, 1.5 ਕਿੱਲਾ 30,000 ਰੁਪਇਆ ਸਾਨੂੰ ਆ ਗਿਆ, ਸਾਨੂੰ ਕੋਈ ਦੁੱਖ ਨਹੀਂ ਹੋਇਆ, ਐਤੀ ਨਰਮਾ ਸਾਡਾ ਮਰ ਗਿਆ ਅਤੇ 1 ਵੀ ਨਹੀਂ ਆਇਆ ਬਾਈ। ਤੁਸੀਂ ਕਿਹਾ ਨਹੀਂ ਵੀ ਨਾਲੇ ਕਿਹਾ ਸੀ ਨਾ ਭਗਵੰਤ ਮਾਨ ਸਪੈਸ਼ਲ ਕੋਈ ਗੋਦਾਵਰੀ ਕਰਾਉਣ ਦੀ ਲੋੜ ਨਹੀਂ, ਸਿੱਧਾ ਸਿੱਧੇ ਖਾਤੇ 'ਚ ਆਉਣਗੇ, ਉੱਥੇ ਬੈਠੇ ਹਾਂ ਬਾਈ ਭਗਵੰਤ ਮਾਨ, ਅਸੀਂ ਗਰੀਬ ਬੰਦੇ 1.5 ਕਿੱਲੇ ਵਾਲੇ, ਉਹਨੂੰ ਜਾ ਕੇ ਕਿੱਥੇ ਮਿਲਾਂਗੇ, ਉਹ ਤਾਂ ਚੁਟਕਲੇ ਸੁਣਾਈ ਜਾਂਦਾ ਅਤੇ ਜਿਹੜਾ ਸੁਣ ਲੈਂਦਾ ਉਹਦੇ ਮਗਰ ਚੱਲ ਪੈਂਦਾ, ਜਿਹੜਾ ਨਹੀਂ ਚੱਲਦਾ ਬਸ, ਸਿੱਧੀ ਗੱਲ ਆ ਬਾਈ, ਕੁਛ ਨਹੀਂ ਕਰਿਆ। ਤੁਸੀਂ ਵੀ ਪੁੱਛ ਲਓ ਜਾ ਕੇ, ਤੁਸੀਂ ਮੀਡੀਆ ਵਾਲੇ ਵੱਧ ਪੁੱਛ ਸਕਦੇ ਭਗਵੰਤ ਮਾਨ ਨੂੰ ਵੀ ਐਂ ਕਹਿੰਦੇ ਆ ਵੀ ਇਕੱਲਾ ਬਿੱਲ ਤੋਂ ਮਾਫ਼ ਕੀ ਕਰਕੇ ਆਇਆ ਪਿੰਡਾਂ 'ਚ, ਕੁਛ ਵੀ ਕਰਿਆ ਹੋਵੇ ਇੱਥੇ ਦੇਣਦਾਰ ਆ ਕੇ, ਚੁਟਕਲੇ ਸੁਣਾਉਣ ਵਾਲਾ ਬਾਈ ਚੁਟਕਲੇ ਸੁਣਾਏ ਆ, ਜਿਹੜੇ ਸੁਣ ਲਏ ਵਧੀਆ ਰਹਿ ਗਏ 1 ਸਾਲ ਉਦੋਂ ਵੋਟਾਂ ਵੇਲੇ, ਹੁਣ ਕੋਈ ਸੁਣਦਾ ਨਹੀਂ। MSP ਕੀ ਸੀ, ਚੱਲ ਤੁਹਾਡੀਆਂ ਫਸਲਾਂ ਵੀ ਖਰਾਬ ਗਈਆਂ, MSP ਉਹ ਗਗਨ ਸੀ ਕੀ 5 ਮਿੰਟਾਂ 'ਚ ਐਂ ਜੀ ਕਰਕੇ ਦਿੰਦੇ, ਉਦੋਂ ਦਾ ਹੀ ਨਹੀਂ ਉਹ ਪਤਾ ਨਹੀਂ ਕਿੱਥੇ ਰਹਿ ਗਈ। ਚੰਨੀ ਦਾ ਥੋੜਾ ਸੀ 50,000 ਦੇਵਾਂਗੇ, ਤੇ ਇਹਨਾਂ ਨੇ ਨਰਮੇ ਦੇ ਪੈਕਟ ਤੇ 250 ਰੁਪਇਆ ਦੇਣਾ ਸੀਗਾ ਤੀਜਾ ਹਿੱਸਾ 33%, ਤੇ ਇਹਨਾਂ ਤੋਂ 250 ਪੈਕਟ ਤੇ ਦਿੱਤਾ ਨਹੀਂ ਗਿਆ ਗਾ, ਤੇ ਚੰਨੀ ਦੇ 17,000 ਨੂੰ ਕਹਿੰਦੇ ਥੋੜਾ ਅਸੀਂ 50,000 ਦਿਆ ਕਰਾਂਗੇ, ਮਤਲਬ ਕਿ ਕੋਈ ਫਰਕ ਨਹੀਂ ਲੱਗਿਆ ਸਰਕਾਰ 'ਚ, ਸਾਨੂੰ ਤਾਂ ਉਦੋਂ ਮਾੜਾ ਲੱਗਿਆ, ਮਾੜਾ ਹੀ ਮਾੜੀ ਹੈ ਬਾਈ, ਤੈਨੂੰ ਦੱਸੀ ਜਾਂਦੇ ਵੀ ਇਕੱਲਾ ਬਿੱਲ ਆ ਯਾਰ, ਹੋਰ ਕੁਛ ਵੀ ਨਹੀਂ ਕਰਿਆ ਇਹਨਾਂ ਬੰਦੇ ਨੇ, ਤਾਂ ਸਾਡੇ ਘੱਟ ਆ ਨੁਕਸਾਨ ਇੱਥੇ ਕਣਕ ਦੇ, ਆਸੇ ਪਾਸੇ ਤੁਸੀਂ ਗਏ ਨਾ, ਉਹਨਾਂ ਨੇ ਤੈਨੂੰ ਕਿਸੇ ਬੰਦੇ ਨੇ ਐਂ ਕਿਹਾ ਵੀ ਪੈਸੇ ਪਾ ਤੇ, ਕਿਹਾ ਕਿਸੇ ਨੇ ਨਰਮਾ ਮਰਿਆ ਜਿਹਦਾ ਪਹਿਲਾਂ ਕਿਸੇ ਨੂੰ ਪੁੱਛ ਲਿਆ ਵੀ ਨਰਮੇ ਦਾ 1 ਰੁਪਇਆ ਦਿੱਤਾ ਹੋਵੇ ਇਹਨਾਂ, ਚੰਨੀ ਕਾਂਗਰਸ ਸਰਕਾਰ ਹਰ ਗਈ ਭਲਾ ਇੰਦਜਾਤੀ ਕੁਛ ਹੋ ਗਈ, ਪਰ ਉਹਨੇ ਜਿਹੜੀ ਗੱਲ ਕਹੀ ਸੀ ਉਹਨੇ 17-17 ਹਜ਼ਾਰ ਕਿੱਲੇ ਦਾ ਪਾਇਆ ਸਨ, ਠੀਕ ਹੈ ਇਹਨਾਂ ਨੇ ਚੁਟਕਲੇ ਸੁਣਾਏ ਆ ਬਾਈ, ਇਹ ਚੁਟਕਲੇ ਹੁਣ ਸੁਣਾਈ ਜਾਂਦੇ ਆ।
ਜਿਹੜਾ ਸੁਣ ਲੂਗਾ ਸੁਣੀ ਜਾਵੇ, ਜਿਹੜੇ ਨਹੀਂ ਸੁਣਨੇ ਨਹੀਂ ਸੁਣਨੇ, ਐਂ ਕੰਮ ਹੈ। ਕਹਿੰਦੇ ਮਹੱਲਾ ਨਹੀਂ ਬਣਾ ਤੇ ਪਿੰਡਾਂ 'ਚੋਂ ਬਣਿਆ ਕੁਛ ਵੀ ਨਹੀਂ, ਤੁਹਾਨੂੰ ਦੱਸੀ ਨਾ ਅੱਗੇ ਕਹਿੰਦੇ ਸੱਥਾਂ 'ਚ ਤੁਹਾਡੀ ਵੋਟ ਵੀ ਬਣੂ, ਆਧਾਰ ਕਾਰਡ ਬਣੂ, ਪੈਨ ਕਾਰਡ ਬਣੂ, ਤੁਹਾਨੂੰ ਜਾਣ ਦੀ ਲੋੜ ਹੀ ਨਹੀਂ। ਮੈਂ ਤਾਂ ਵੇਖੇ ਨਹੀਂ ਅਜੇ ਤੱਕ ਕੋਈ ਆਇਆ ਬੰਦਾ, ਅਜੇ ਤੱਕ 2 ਸਾਲ ਹੋ ਗਏ। ਉਹ ਤਾਂ ਕਹਿੰਦੇ ਸੀ ਅਸੀਂ ਸੱਥਾਂ 'ਚ ਬੈਠ ਕੇ ਆਇਆ ਕਰਨੀ, ਅਫਸਰ ਤੁਹਾਨੂੰ ਜਾਣ ਦੀ ਲੋੜ, ਭਾਈ ਤੇਰੇ ਸਾਹਮਣੇ ਬੈਠੇ ਹੈ, ਇੱਥੇ ਸਾਨੂੰ 2 ਸਾਲ ਹੋ ਗਏ, ਸਾਡੇ ਕੋਲ ਕੋਈ ਨਹੀਂ ਆਇਆ, ਅਸੀਂ 11 ਤੋਂ ਲੈ ਕੇ 3 ਵਜੇ ਤੱਕ ਤਾਸ ਕੁੱਟ ਕੇ ਮੁੜ ਜਾਂਦੇ। ਤੁਸੀਂ ਅਫਸਰੋਂ ਫਿਰ ਉਹ ਤੇਰਾ ਇੱਥੋਂ ਦੇ ਦੱਸ ਹੀ ਹਾਂ ਭਰਾ, ਸਹੀ ਗੱਲ ਹੈ, ਕੋਈ ਨਹੀਂ ਆਇਆ, 3 ਸਾਲ ਹੋ ਗਿਆ, 2 ਸਾਲ ਇੱਥੇ ਆਉਂਦੇ ਹਾਂ, ਅਸੀਂ ਸਾਡ ਕੇ 11 ਵਜੇ ਆਏ ਨੇ, 3 ਵਜੇ ਜਾਂਦੇ ਹਾਂ। ਕੋਈ ਆ ਕੇ ਆਮ ਪਾਰਟੀ ਦਾ ਬੰਦਾ ਕਹਿ ਦੇ ਵੀ ਮੈਂ ਆ ਕੇ ਗੱਲ ਸੁਣੀ ਹੈ, ਕੋਈ ਵੀ ਇੱਕ ਦਿਨ ਦਾ ਵੀ ਦੇਣਦਾਰ ਆਪਾਂ। ਅੱਛਾ ਇੱਕ ਇੱਕ ਇਹ ਦੱਸ ਬਾਈ, ਤੁਸੀਂ ਮੁਆਵਜ਼ੇ ਵਾਲੀ ਗੱਲ ਕੀਤੀ, ਹੁਣ MLA ਆਊਗਾ, ਹੁਣ ਪੁੱਛੋਗੇ ਮੰਤਰੀ ਵੀ ਆਊਗਾ? ਨਹੀਂ ਬਾਈ ਸਾਡੇ ਨਹੀਂ ਆਉਂਦਾ, ਕਿਉਂ ਸਾਡੇ ਦਿੱਤਾ ਕਰਿਆ ਨਹੀਂ ਕੁਛ ਆਉਂਦਾ ਨਹੀਂ, ਵੋਟਾਂ ਲੈਣ ਤਾਂ ਆਉਣਗੇ ਨਾ, ਕੇਰਾਂ ਆਉਣਗੇ ਬਾਈ ਸ਼ਰਮ ਦੇ ਮਾਰੇ, ਠੀਕ ਹੈ ਉਵੇਂ ਮੁੜ ਜਾਣਗੇ, ਕਿਉਂ ਮੰਗਣਗੇ ਵੋਟ ਕਿਹੜੇ ਮੂੰਹ ਜਦੋਂ ਕੰਮ ਹੀ ਨਹੀਂ ਕਰਿਆ ਕੋਈ। ਪਹਿਲਾਂ ਤਾਂ ਉਹਨਾਂ ਨੂੰ ਇਹੀ ਸ਼ਰਮ ਰਹੂ ਨਾ ਵੀ ਜਦੋਂ ਅਸੀਂ ਕੰਮ ਹੀ ਨਹੀਂ ਕਰਿਆ ਕੋਈ ਤੇ ਵੋਟ ਮੰਗੇ ਕਿਵੇਂ। ਪਤਾ ਇਹ ਗੱਲ ਕਹਿੰਦਾ ਜੇ ਤਾਂ ਉਹਨਾਂ ਨੇ ਕੰਮ ਕਰਿਆ ਹੋਇਆ ਫਿਰ ਤਾਂ ਆਉਣਗੇ ਵੋਟ ਮੰਗਣ, ਨਹੀਂ ਆਉਂਦੇ ਨੇ, ਠੀਕ ਹੈ। ਮੇਨ ਚੀਜ਼ ਤਾਂ ਇੱਥੇ ਹੈ ਆਪਣੇ ਪਿੰਡ 'ਤੇ, ਹੁਣ ਜੇ ਉਹਨੇ ਕੰਮ ਕਰਿਆ ਹੋਊ ਫਿਰ ਹੀ ਆਉਣਗੇ। ਕੰਮ ਤਾਂ ਕੀਤੇ, ਚੱਲ ਤੁਹਾਨੂੰ ਪਤਾ ਨਹੀਂ ਲੱਗਿਆ ਆਸੇ ਪਾਸੇ ਕਰਦੇ ਹੋਣੇ ਪਿੰਡ ਦੇ, ਹਾਂ ਜਾਂ ਹੋਰ ਜ਼ਿਲ੍ਹਿਆਂ 'ਚ ਕਰਦੇ ਹੋਣਗੇ ਬਾਈ, ਇੱਧਰ ਤਾਂ ਨਹੀਂ ਆਏ, ਠੀਕ ਹੈ ਨਾ। ਮੇਨ ਗੱਲ ਤਾਂ ਇਹ ਹੈ ਬਾਈ ਜੇ ਤਾਂ ਉਹਨੇ ਕੰਮ ਕਰੇ ਤਾਂ ਵੋਟ ਮੰਗਣ ਆਉਣ, ਨਹੀਂ ਬਾਈ ਨਾ ਆਉਣ ਵਧੀਆ ਰਹਿਣਗੇ ਸਾਰਿਆਂ ਨੂੰ ਜ਼ਿਆਦਾ ਵਧੀਆ, ਜੇ ਤਾਂ ਉਹਨਾਂ ਦੀ ਇਹ ਹੈ ਵੋਟ ਮੰਗਣ ਨਾ ਆਉਣ, ਇਕੱਲਾ ਬਿੱਲ ਮਾਫ ਕਰਿਆ ਤੁਹਾਨੂੰ ਦੱਸਿਆ ਬਿੱਲ 'ਤੇ ਵੋਟ ਭਾਲਦੇ ਆ, ਬਿੱਲ 'ਤੇ ਵੋਟ ਨਹੀਂ ਮਿਲਦੀ। ਉਹ ਤਾਂ ਕਹਿੰਦੇ ਸੀ 13 ਜ਼ਰੂਰ ਦਿੱਤਾਂਗੇ ਸਾਰੀਆਂ ਸਾਡੀਆਂ ਸੀਟਾਂ, ਐਨ ਬਾਈ ਚੁਟਕਲੇ ਸੁਣਾਉਂਦਾ ਉਹ ਯਾਰ, ਚੁਟਕਲੇ ਸੁਣ ਲਈ ਜਾਂਦੇ ਲੋਕ ਉਹਦੇ, ਠੀਕ ਹੈ ਹੋਰ ਕੁਛ ਨਹੀਂ। 13 ਤਾਂ ਕਿਵੇਂ ਤਾਂ ਇੱਕ ਵੀ ਨਹੀਂ ਲੱਗਦੇ ਬਾਈ, ਉਹ 13 ਕਹੀ ਜਾਂਦਾ। ਅੱਛਾ ਹਾਂ, ਵੈਸੇ ਬਠਿੰਡੇ ਤੋਂ ਕੀ ਬਾਈ ਮਾਹੌਲ ਲੱਗਦਾ ਇਹਨਾਂ 'ਚੋਂ? ਬਠਿੰਡੇ ਤੋਂ ਤਾਂ ਸਾਡੇ ਅਕਾਲੀ ਦਲ ਵਾਲੇ ਜਿੱਤਣਗੇ ਬਾਈ ਇੱਥੇ, ਹਾਂ ਜਿੱਤੋਗੇ ਬਾਈ, ਲੋਹੇ ਤੇ ਲਖੀਰ ਹੀ ਆ। ਹਾਂ ਸਾਡੇ ਤਾਂ ਤੂੰ ਹੁਣ ਕਈ ਪਿੰਡਾਂ 'ਚ ਜਾ ਕੇ ਆ, ਤੈਨੂੰ ਕਿਸੇ ਨੇ ਇਹ ਗੱਲ ਕਹੀ ਹੈ ਵੀ ਮੇਰੇ ਪਿੰਡ ਕੰਮ ਹੋਇਆ? ਕਿਸੇ ਨੇ ਕੋਈ ਕਿਸੇ ਇੱਕ ਪਿੰਡ ਨੇ ਵੀ ਕਿਹਾ ਹੋਵੇ ਆਪਾਂ ਦੇਣ ਦਾ ਨੇ? ਆਮ ਪਾਰਟੀ ਦੇ ਪਿੰਡ ਦੇ ਕਿਸੇ ਪਿੰਡ ਦਾ ਵੀ ਕੰਮ ਕਰਿਆ ਹੋਵੇ ਗਰੰਟੀ ਆ। ਸਾਡੇ ਅਕਾਲੀ ਰਹੇ, ਕਾਂਗਰਸ ਹੈ, ਸਰਪੰਚ ਖਾਂਦੇ ਵੀ ਰਹੇ ਆ, MLA ਵੀ ਖਾਂਦੇ ਰਹੇ ਆ, ਪਰ ਕੁਛ ਨਾ ਕੁਛ ਉਹ ਕੰਮ ਕਰਦੇ ਰਹੇ ਆ, ਸਾਨੂੰ ਦੁੱਖ ਨਹੀਂ ਉਹਨਾਂ ਦਾ। ਕਾਂਗਰਸ ਨੇ ਚੱਲ ਖਾਧਾ ਹੈ ਸਾਡੇ, ਆ ਗਲੀਆਂ ਬਣਾ ਦੀਆਂ, ਅੱਖਾਂ ਮੀਚ ਕੇ ਤੁਰੇ ਫਿਰੋ, ਭਲਾ ਜੀ ਸਾਰੇ ਹੀ ਖਾ ਗਏ ਕਾਂਗਰਸ, ਪਰ ਸਾਡੇ ਪਿੰਡਾਂ 'ਚ ਸੁੱਖ ਦੇਖ ਗਏ। ਉਦੋਂ ਪਰ ਕਾਲੀਆਂ ਨਾਲੀਆਂ ਬਣਾਂਗਾ, ਮੋਟਰਾਂ ਦਿੱਤੀਆਂ, 100 ਕੁਛ ਪੈਲਸਾਂ, ਸਾਰਾ ਕੁਛ ਉਹਨਾਂ ਨੇ ਲਗਾ, ਪੈਲਸਨ ਵੀ ਉਹਨਾਂ ਨੇ ਲਾਈ ਹੈ, ਬੁਢਾਪਾ ਪੈਲਸਨ, ਸਾਰਾ ਕੁਛ ਵੀ ਉਹਨਾਂ ਨੇ ਕੀਤਾ, ਠੀਕ ਹੈ। ਇਹਨਾਂ ਨੇ ਕੁਛ ਨਹੀਂ ਕਰਿਆ, ਇਕੱਲਾ ਇਹ ਤਾਂ ਕਾਲੀਆਂ ਦਾ ਝਾਕ ਆ ਬਾਈ, ਸਾਨੂੰ ਤਾਂ ਪੂਰੀ 100 ਦੀ 100%। ਹੋਰ ਬਾਪੀ ਠੀਕ ਠਾਕ ਹੋ? ਹਾਂਜੀ। ਪੈਂਚਰ ਪੁੰਚਰ ਵੱਧ ਗਈਆਂ ਐਤਕੀ? ਹਾਂਜੀ ਵੱਧ ਗਈਆਂ ਬਹੁਤ। ਅੱਛਾ, ਤਿੰਨ 2 ਮਹੀਨਿਆਂ ਤੋਂ ਆਈ ਸੀ, ਉਹ ਸਾਡੀਆਂ ਦੋਵੇਂ ਕੱਟਤੀਆਂ। ਕਿਉਂ ਕੀ ਪਤਾ, ਹੁਣ ਸਰਕਾਰ ਤਾਂ ਤੁਹਾਡੀ ਦਾ ਬੰਦ ਕੀਤੀਆਂ, ਸਾਨੂੰ ਤਾਂ ਆਈਆਂ ਨਹੀਂ। ਅੱਛਾ, ਸਰਕਾਰ ਤਾਂ ਕਹਿੰਦੀ 2500 ਕਰ ਦਿਆਂਗੇ ਐਤਕੀ। ਉਹ ਕਰ ਦੇਣਗੇ, ਖਬਰਾਂ ਜਾਣ ਲੱਗੇ ਕਦੋਂ? ਅੱਛਾ, ਉਦੋਂ ਕਰ ਦੇਣਗੇ। ਤੇ ਘਰੇ ਫਿਰ ਬੇਬੇ ਵਰਗ ਨੂੰ 1000 ਆਉਣ ਲੱਗ ਗਿਆ ਹੁਣ? ਹੈਂ, 1000 ਰੁਪਏ ਘਰੇ ਆਉਣ ਲੱਗ ਗਿਆ? ਹਾਂਜੀ, 1000 ਕਈ ਹਜ਼ਾਰ ਆ ਗਏ। ਅੱਛਾ, ਜਦੋਂ ਦਾ ਬਣਿਆ ਉਦੋਂ ਦੀ ਆਈ ਜਾਂਦੇ ਆ। ਇਕੱਠੇ ਹੋ ਗਏ ਹੋਣਗੇ ਬਾਬਾ? ਇਕੱਠੇ ਹੋ ਗਏ, ਇਕੱਠੇ ਕਢਾ ਕੇ ਲਿਆਵਾਂਗੇ ਹੁਣ। ਅੱਛਾ, ਜਦੋਂ ਸਰਕਾਰ ਹੁਣ ਦੂਜੀ ਵਾਰ ਆ ਗਈ ਤਾਂ ਉਦੋਂ ਖਬਰਾਂ ਦੇ ਹੀ ਦੇਣ। ਅੱਛਾ, ਉਹ ਹਲੇ ਤਾਂ ਜਮ੍ਹਾਂ ਕਰੀ ਬੈਠੇ। ਨਹੀਂ ਹੁਣ ਜਦੋਂ ਆਏ ਪੁੱਛੋਗੇ ਤਾਂ ਹੈਗੇ? ਹੈਂਜੀ, ਪੁੱਛੋਗੇ ਹੁਣ ਜਦੋਂ ਆਉਣਗੇ?
ਤੇ ਪੁੱਛਾਂਗੇ ਤਾਂ ਸਹੀ ਕੀ ਪੁੱਛ ਗਿਆ ਸੀ, ਸਾਡੀਆਂ ਤਾਂ ਪਿਛਲੀਆਂ ਵੱਜੀਆਂ ਸੀ ਇਹਨਾਂ ਨੇ ਕੱਟਤੀਆਂ। ਤੇ ਫਿਰ ਪੁੱਛਿਆ ਭਾਈ ਮੇਰੀ ਪੈਨਸ਼ਨ ਕੱਟਤੀ, MLA ਆਊਗਾ ਹੁਣ ਵੋਟਾਂ ਮੰਗਣਾ? ਅਸੀਂ ਤਾਂ ਨਾ MLA ਮਗਰ ਅੱਗੇ ਗਏ ਹਾਂ ਅਤੇ ਨਾ ਜਾਈਏ ਹੁਣ। ਅੱਛਾ, ਸਿੱਧੀ ਗੱਲ ਹੈ ਸਾਡੇ ਕੋਲ। ਅੱਛਾ, ਫਿਰ ਕੀ ਹੁਣ ਮਾਹੌਲ ਮੂਹਲ ਕੀ ਲੱਗਦਾ ਬਾਪੂ ਇਸ ਕੀ ਬੂਟਾਂ ਵਾਲਾ? ਮਾਹੌਲ ਮੂਹਲ ਤਾਂ ਸਾਨੂੰ ਵੀ ਇਹਨਾਂ ਮੁੰਡਿਆਂ ਨੂੰ ਪਤਾ ਹੋਊਗਾ, ਅਸੀਂ ਤਾਂ ਇੱਥੇ ਬਹਿਣ ਵਾਲੇ ਹੈ ਤੇ ਪਤਾ ਨਹੀਂ ਤਾਂ ਕਿਹੜੇ ਖਬਰਾਂ ਝਾੜੂ ਵਾਲੇ ਜਿੱਤ ਜਾਣ, ਇਹ ਕੋਈ ਵੱਡੀ ਗੱਲ ਨਹੀਂ। ਹਾਂ, ਅਤੇ ਮਾਹੌਲ ਤਾਂ ਮੁੰਡਿਆਂ ਨੂੰ ਪਤਾ ਹੁੰਦਾ ਇਹ ਝਾੜੂ ਵਾਲੇ ਬਾਹਲੇ ਕੰਮ ਕੀਤੇ ਆ ਬਹੁਤ ਜ਼ਿਆਦਾ ਜੀ। ਅੱਛਾ, ਤਾਂ ਕਰਕੇ ਜਿੱਤ ਜਾਣਗੇ? ਹਾਂ, ਸਾਡੀ ਖਾਲੀ ਕੋਈ ਨਹੀਂ ਛੱਪੜ 'ਚ ਆਉਂਦੀ। ਅੱਛਾ, ਕਿੱਧਰ ਜਾਂਦੀ ਫਿਰ ਉਹ? ਸਾਡੇ ਘਰਾਂ 'ਚ ਹੀ ਵੜ ਜਾਂਦੀ ਮੁੜ ਮੁੜ ਕੇ। ਅੱਛਾ, ਤੇ ਕੂੜਾ ਅਸੀਂ ਉਹ ਕੱਢ ਕੇ ਆਪ ਕੰਮ ਛੱਡ ਕੇ ਤੇ ਉਹ ਟਰਾਲੀਆਂ ਭਰ ਭਰ ਫਿਰ ਸਿੱਟੀ ਆਉਂਦੇ ਹਾਂ ਖੇਤਾਂ 'ਚ, ਬਾਹਰ ਸਿੱਟ ਕੇ ਆਉਂਦੇ ਹਾਂ, ਸਿੱਟਣ ਨੂੰ ਵੀ ਤਾਂ MLA ਆਊਗਾ ਉਹਨੂੰ ਕਿਹੋ ਨਾ ਫਿਰ ਪੁੱਛੋ ਮਾੜੇ ਮੁੰਡੇ ਸਵਾਲ ਉਹਤੋਂ ਵੀ ਆ ਦੇਖ। ਪੁੱਛਣਗੇ ਤਾਂ ਇਹ ਮੁੰਡੇ ਆ, ਮੈਂ ਕੀ ਪੁੱਛੂੰਗਾ, ਮੈਨੂੰ ਸੁਣਦਾ ਨਹੀਂ ਕਹਿੰਦਾ। ਕੋਈ ਇੱਥੇ ਸਾਡੇ ਇੱਥੇ ਵਿਕਾਸ ਨਹੀਂ ਹੋਇਆ ਜੀ, ਜਮਾਂ ਭੋਰਾ ਵੀ ਨਹੀਂ ਹੋਇਆ। ਸਰਕਾਰ ਨੇ ਕਿਹਾ ਸੀ ਵੀ ਇਸ ਵਿਕਾਸ ਦੇ ਫੱਟੇ ਚੱਕਦੇ 2 ਸਾਲਾਂ 'ਚ, ਉਹਨਾਂ ਨੇ ਫੱਟੇ ਚੱਕਤੇ ਹੋਣੇ ਆ, ਇਹ ਨਹੀਂ ਮੈਂ ਫੱਟੇ ਇਕੱਲੇ ਚੱਕੇ ਹੋਣੇ, ਕੰਮ ਨਹੀਂ ਨਾਲ ਕੀਤੇ। ਫੱਟੇ ਚੱਕਤੇ ਹੋਣੇ ਆ ਜੀ ਉਹਨਾਂ ਨੇ, ਅਤੇ ਕੰਮ ਕੁੰਮ ਤਾਂ ਸਾਡਾ ਵਿਕਾਸ ਦਾ ਕੰਮ ਤਾਂ ਹੋਇਆ ਨਹੀਂ, ਵਿਕਾਸ ਦਾ ਆਹ ਫਿਰ ਨਹੀਂ ਬਣੀ ਸੀ, ਆਹ ਤੁਸੀਂ ਤੁਸੀਂ ਨਾ ਕਹਿ ਪਾਸੇ ਸਾਈਡਾਂ ਬਣੀਆਂ, ਸਾਈਡਾਂ ਬਣ ਗਈਆਂ, ਖਾਲੀ ਜਿਹੜੀ ਇਸ ਪਾਸੇ ਵਾਲੀ ਪਿੰਡ ਵਾਲੀ ਉਹ ਤਾਂ ਐਡੀ ਡੂੰਘੀ ਹੈ, ਜਿਹੜੀ ਇੱਧਰਲੀ ਬਣਾਈ ਸੀ ਉਹਨਾਂ ਨੇ ਉਹ ਡਿੱਗ ਪਈ। ਹਾਂ, ਅਤੇ ਛੱਪੜ 'ਚ ਨਾ ਉੱਧਰੋਂ ਵਾੜੀ ਹੈ ਨਾ ਇੱਧਰੋਂ ਵਾੜੀ ਹੈ, ਕਿੱਧਰ ਵਾੜ ਸੀ ਉਹ ਪਿੰਡਾਂ 'ਚ ਦਾਤਾ ਵੀ ਘਰੇ ਵਾੜੀ ਹੈ, ਉਹ ਬਸ ਸਾਈਡਾਂ ਜ਼ਰੂਰ ਪੱਕੀਆਂ ਕਰ ਗਏ ਉਹ, ਇਹ ਨਹੀਂ ਪਤਾ ਕਿਹੜੇ ਹਿਸਾਬ ਨਾਲ ਹੋ ਗਈਆਂ ਉਹ। ਕੋਈ ਫਰਕ ਲੱਗਿਆ ਸਰਕਾਰ ਅਤੇ ਪਿਛਲੀਆਂ ਸਰਕਾਰਾਂ 'ਚ ਕੋਈ? ਹਾਂਜੀ, ਫਰਕ ਤਾਂ ਹੁੰਦੇ ਹੀ ਹੈ, ਨਵੀਂ ਸਰਕਾਰ ਕੰਮ ਘੱਟ ਕਰੂਗੀ, ਉਦੋਂ ਪਹਿਲਾਂ ਵਾਲੀਆਂ ਵੱਧ ਕਰਦੀਆਂ ਸੀ, ਫਰਕ ਤਾਂ ਹੁੰਦਾ ਹੀ ਹੈ। ਇਹਨਾਂ ਮੁੰਡਿਆਂ ਤੋਂ ਪੁੱਛੋ ਯਾਰ, ਮੈਨੂੰ ਕੀ ਮੈਨੂੰ ਸੁਣਦਾ ਬਾਬੂ ਕੀ ਹਾਲ ਆ? ਠੀਕ ਹੋ? ਠੀਕ ਠਾਕ ਬਾਬੂ। ਕੀ ਲੱਗਦਾ ਮਾਹੌਲ ਮੂਲ ਵੋਟਾਂ ਦਾ? ਫਿਰ ਵੋਟਾਂ ਤਾਂ ਫਿਰ ਆ ਗਈਆਂ, ਕੰਮ ਕੁੰਮ ਪਿੰਡ 'ਚ ਵਾਧੂ ਹੋ ਗਏ? ਵੋਟਾਂ ਤਾਂ ਜੀ ਇੱਕ ਗੱਲ ਹੈ, ਪਾਰਟੀਆਂ ਆਉਂਦੀਆਂ ਰਹਿੰਦੀਆਂ ਅਤੇ ਜਾਂਦੀਆਂ ਰਹਿੰਦੀਆਂ, ਜਿਹਨੇ ਕੋਈ ਪਿੰਡਾਂ ਦੇ ਕੰਮ ਕਰੇ ਹੈ, ਕਿਸਾਨਾਂ ਦੇ, ਗਰੀਬਾਂ ਦੇ, ਹੈਂ ਜਾਂ ਹੋਰ ਜਮਾਤਾਂ ਦੇ, ਉਹਦਾ ਕੰਮ ਬੋਲੂਗਾ, ਉਸ ਬੰਦੇ ਨੂੰ ਵੋਟਾਂ ਪੈਣਗੀਆਂ। ਹੈਂ, ਆਈਏ ਇੱਥੇ ਕੋਈ ਜਾਵੇ MLA ਕੰਮ ਬੋਲਦੇ? ਸਾਡੇ ਪਿਛਲੇ ਅਮਰਿੰਦਰ ਦੀ ਸਰਕਾਰ ਸੀ, 60 ਕਿੱਲੇ ਝੋਨੇ ਦੇ ਮਰੇ ਸੀ, ਜਿਹਦੇ 7 ਸਾਡੇ ਸੀ, ਸਾਨੂੰ ਆਏ 75 ਰੁਪਈਏ 7 ਕਿੱਲਿਆਂ ਦਾ, 75 ਉਹ ਵੀ ਅਸੀਂ ਛੱਡਤੇ ਵੀ ਸਾਡੇ 60 ਤਾਂ ਜਾਂਦੇ ਤੇ ਬਠਿੰਡੇ ਲੱਗ ਜਾਣਗੇ, ਹੈਂ 50 ਦੀ ਚਾਹ ਪੀ ਜਾਣਗੇ ਉੱਥੇ, ਅਸੀਂ ਤਾਂ ਉਹ ਵੀ ਛੱਡਤੇ ਵੀ ਅਸੀਂ ਨਹੀਂ ਜਾਂਦੇ। ਬਾਬਾ ਸਰਕਾਰ ਨੇ ਆਏ ਨਹੀਂ ਕਿ ਤੁਸੀਂ FD ਕਰਾ ਲਓ? ਹੋ ਗਈ ਸਾਡੀ ਤਾਂ 5 ਲੱਖ ਦੀ ਹੋ ਗਈ, ਉਹ ਕਰੋ ਖਬਰਾਂ ਕਰੋ ਕਰਾਉਣਗੇ। ਹਾਂ, 2 ਮਹੀਨੇ ਪਾਣੀ ਨਹੀਂ ਸੁੱਕਿਆ, 6-6 ਫੁੱਟ ਸੀ। ਵੇਖੋ ਜੀ, ਜਿਹੜੇ ਕੰਮ ਕਰਨਗੇ, ਕਾਂਗਰਸ ਕਰਦੇ, ਅਕਾਲੀ ਕਰ ਦੇਣ, ਝਾੜੂ ਵਾਲੇ ਕਰ ਦੇਣ,
ਬੀਜੇਪੀ ਨੂੰ ਤਾਂ ਸਾਡਾ ਜੱਟ ਤਾਂ ਪਾਉਂਦਾ ਨਹੀਂ, ਹੈ ਹੋਰ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ। ਜ਼ਿਮੀਂਦਾਰ ਨਹੀਂ ਜਾਂਦਾ ਨੇੜੇ ਇਹਨਾਂ ਦੇ, ਹੈ ਜਿਹੜਾ ਕੋਈ ਕੰਮ ਸਾਡਾ ਕਰੂ ਉਹਨੂੰ ਅਸੀਂ ਵੋਟਾਂ ਪਾਵਾਂਗੇ ਡਟ ਕੇ। ਆਮ ਆਦਮੀ ਪਾਰਟੀ ਨੇ ਕੰਮ ਕੀਤਾ ਬਾਪੂ ਤੁਹਾਡੇ ਫਿਰ ਸਾਰੇ ਤੁਹਾਨੂੰ ਸਾਰਿਆਂ ਨੇ ਵਾਰੀ ਵਾਰੀ ਨਾਲ ਦੱਸਤਾ ਵੀ ਨਹੀਂ ਡੱਕਾ ਕਰਿਆ। ਅੱਛਾ, ਅਤੇ ਨਾ ਹੀ ਹੋਇਆ। ਹੁਣ ਜਦੋਂ ਆਇਆ ਐੱਮ ਐੱਲ ਏ ਆਊਗਾ ਕਹਿੰਦੇ ਸੀ ਸੱਥਾ ਸੱਥਾਂ 'ਚ ਚਲਾਇਆ ਕਰਾਂਗੇ ਸਰਕਾਰਾਂ, ਸੱਥਾਂ 'ਚੋਂ ਕੰਮ ਹੋਇਆ ਕਰਨਗੇ। ਕੱਲ੍ਹ ਹਰਸਿਮਰਤ ਕੌਰ ਆਈ ਸੀ, ਜੇ ਇਹਨਾਂ ਨੇ ਨਾ ਕੰਮ ਕਰਨ ਦਾ ਲੋਕ ਇਹਨਾਂ ਦੇ ਮੂੰਹ 'ਤੇ ਮਾਰਦੇ ਇੱਥੇ ਬੈਠਿਆਂ ਦੀ ਵੀ ਭਾਈ ਤੁਸੀਂ ਸਾਡਾ ਨਹੀਂ ਕਰਿਆ ਡੱਕਾ, ਅਸੀਂ ਤੁਹਾਨੂੰ ਵੋਟ ਨਹੀਂ ਪਾਉਂਦੇ। ਪਰ ਲੋਕਾਂ ਨੇ ਉਹਨਾਂ ਨੂੰ ਹਾਮੀ ਭਰੀ ਹੈ ਵੀ ਤੁਸੀਂ ਸਾਡੇ ਕੰਮ ਕਰਿਆ ਵੋਟ ਅਸੀਂ ਤੁਹਾਨੂੰ ਪਾਵਾਂਗੇ ਅਤੇ ਪਾਵਾਂਗੇ। ਮੰਤਰੀ ਵੀ ਆਊਗਾ ਫਿਰ ਜਿਹੜਾ ਆਮ ਆਦਮੀ ਪਾਰਟੀ ਵਿੱਚ ਖੁੱਡੀਆਂ ਆਈ ਜਾਣ, ਇੱਥੇ ਤਾਸ ਖੇਡਣ ਵਾਲੇ ਉਹ ਇੱਥੇ ਆ ਜਾ ਕਰਨਗੇ, ਉਹ ਤਾਂ ਕਹਿੰਦੇ ਸੱਥਾਂ 'ਚ ਲਾਇਆ ਕਰਾਂਗੇ ਸੀ। ਹੁਣ ਤਾਂ ਸਾਰੇ ਆਉਣਗੇ ਇੱਥੇ, ਸਾਡੇ ਪੈਰੀਆਂ 'ਚ ਵੀ ਲਾਉਣਗੇ ਸਾਰੇ। ਅੱਛਾ, ਹੈਂ ਮੁੜ ਕੇ ਹੀ ਨਾ ਕੋਈ ਸਾਨੂੰ ਪੁੱਛਦਾ, ਮੁੜ ਕੇ ਸਾਨੂੰ ਐਂ ਵੀ ਨਹੀਂ ਆ ਵੀ ਤੁਸੀਂ ਧੁੱਪੇ ਬੈਠੋ ਤੁਹਾਡਾ ਜਿਹਾ ਮਾੜਾ ਸ਼ਟਰ ਜਿਹਾ ਹੀ ਪਾਰ ਗਏ, ਬੁਲਾਉਣੋਂ ਵੀ ਹਟ ਜਾਂਦੇ ਆ। ਜਦੋਂ ਵੋਟਾਂ ਆਉਂਦੀਆਂ ਤਾਂ ਖੜ ਖੁੜ ਕੇ ਜਾਂਦੇ ਹੋਣਗੇ, ਹੁਣ ਫਿਰ ਤਾਂ ਕਿਉਂ ਕਰਨਗੇ, ਹਾਂ ਹੱਥ ਵੀ ਮਿਲਾਉਣਗੇ ਖੜਨਗੇ ਵੀ ਪੁੱਛਣਗੇ ਵੀ। ਵੇਖੋ ਜੀ, ਜਿਹੜਾ ਕੋਈ ਇਕੱਲੇ ਇਸ ਪਿੰਡ ਦੀ ਗੱਲ ਨਹੀਂ, ਹਰ ਇੱਕ ਪਿੰਡ ਦੀ, ਹਰ ਇੱਕ ਸ਼ਹਿਰ ਦੀ ਹੈ। ਜਿਹੜਾ ਵੀ ਕੋਈ ਸ਼ਹਿਰ ਨੂੰ, ਪਿੰਡਾਂ ਨੂੰ, ਗਰੀਬਾਂ ਨੂੰ ਕੋਈ ਮਾੜਾ ਮੋਟਾ ਉਹਨਾਂ ਦੇ ਸਿਰ 'ਤੇ ਹੱਥ ਰੱਖੂਗਾ, ਵੋਟ ਉਸ ਬੰਦੇ ਨੂੰ ਪਊਗੀ, ਦੂਜੇ ਨੂੰ ਨਹੀਂ ਪੈਂਦੀ। ਊਂ ਆਪਾਂ ਇੱਕ ਦੂਜੇ ਮਗਰ ਲੱਗ ਕੇ, ਮੈਂ ਤੇਰੇ ਮਗਰ ਲੱਗ ਕੇ, ਤੂੰ ਮੇਰੇ ਮਗਰ ਲੱਗ ਕੇ, ਉਹ ਗੱਲ ਵੱਖਰੀ ਹੈ। ਇਹਨਾਂ ਨੂੰ ਨਹੀਂ ਪੈਂਦੀ? ਨਹੀਂ, ਮੈਂ ਨਹੀਂ ਆਹਦਾ ਵੀ ਨਹੀਂ ਪੈਂਦੀ, ਪਰ ਵੋਟ ਜਿਹੜੇ ਬੰਦੇ ਨੇ ਕੰਮ ਕਰਿਆ, ਭਾਵੇਂ ਕਾਂਗਰਸ ਨੇ ਕਰਿਆ, ਭਾਵੇਂ ਅਕਾਲੀਆਂ ਨੇ ਕਰਿਆ ਅਤੇ ਭਾਵੇਂ ਇਹਨਾਂ ਨੇ ਕਰਿਆ, ਜਿਹੜੇ ਬੰਦੇ ਨੇ ਕੰਮ ਕਰਿਆ ਵੋਟ ਉਸ ਨੂੰ ਪਊਗੀ। ਅੱਛਾ ਬਾਪੂ, ਪੈਨਸ਼ਨਾਂ ਪੁਨਸ਼ਨਾਂ ਤੁਹਾਡੀ ਵਧੀ ਬੁਧੀ ਮਾੜੀ ਮੋਟੀ? ਪੂਰੀ ਪੂਰੀ ਮੇਰੀ ਰਗਲੀ ਵੀ ਕੱਟਣਾ ਕਿਤੇ। ਅੱਛਾ, ਕਿਉਂ ਕਹਿੰਦੀ? ਜਦੋਂ ਮਹੀਨੇ ਤੋਂ ਡੂਢ ਮਹੀਨੇ ਤੋਂ ਆਉਂਦੀ ਹੈ, ਅੱਗੇ ਮਹੀਨੇ ਤੋਂ ਆ ਜਾਂਦੀ ਸੀ, ਹੁਣ ਡੂਢ ਮਹੀਨੇ ਤੋਂ ਆਉਂਦੀ ਹੈ। ਇਹ ਸਰਕਾਰ ਤਾਂ ਕਹਿੰਦੀ 2500 ਕਰ ਦਿਆਂਗੇ, ਮੇਰੀ ਤਾਂ ਜੇਬ ਪਾਟ ਗਈ ਉੱਦਾਂ ਦੀ। ਅੱਛਾ, ਹਜ਼ਾਰ ਹਜ਼ਾਰ ਰੁਪਇਆ ਜਿਹੜਾ ਘਰੇ ਉਹ ਵੀ ਆ ਗਿਆ ਹੁਣ? ਉਹ ਤਾਂ ਸਾਡੀਆਂ ਬੁੜੀਆਂ ਲੈਂਦੀਆਂ ਨਜ਼ਾਰੇ, ਜੇਬ 'ਚ ਪਾਈ ਫਿਰਦੀਆਂ ਕੱਢਦੀਆਂ ਹੀ ਨਹੀਂ। ਕਿਉਂ? ਕਿਉਂ ਇਕੱਠੇ ਹੋ ਗਏ? ਜੋੜ ਕੇ ਲਿਆਵਾਂਗੇ, ਚਾਹ ਬੜਾ ਚੜਿਆ ਗੁੱਜੀ ਦੇ। ਹਾਂ, 24,000 ਬਣਦਾ, ਉਹਦੇ ਦੇ ਦੇਣਗੇ ਜਿਹੜੇ ਫਿਰ ਜਿੱਟ ਗਏ। ਮੰਗ ਲਿਓ ਜਦੋਂ ਆਏ ਪਿੰਡਾਂ 'ਚ ਵੀ 24,000 ਰੁਪਏ ਹੋ ਗਿਆ ਭਾਈ, ਦੇ ਦਿਓ 60 ਨਾ ਲੈ ਜਾਣ ਫੰਡ। ਅੱਛਾ, 60 ਨਾ ਮੰਗ ਲੈਣ ਵੀ ਤੁਸੀਂ ਸਾਨੂੰ ਦੇ ਦਿਓ। ਸਾਨੂੰ ਤਾਂ ਕੋਈ ਆਟਾ ਨਹੀਂ, ਦਾਲ ਨਹੀਂ ਦਿੰਦਾ, ਕੋਈ ਕਣਕ ਵੀ ਸਾਡੀ ਤਾਂ ਕੱਟੀ ਆ। ਇਹ ਤਾਂ ਕਹਿੰਦੇ ਰਾਸ਼ਨ ਘਰ ਘਰ ਪਹੁੰਚਾਇਆ ਕਰਾਂਗੇ, ਆਉਣ ਲੱਗ ਗਿਆ ਉੱਥੇ ਸਾਡੇ ਬਾਹਰ 'ਚ ਉਹਨਾਂ ਦੀ ਜੀਪ ਖਰਾਬ ਹੋ ਗਈ, ਉੱਥੇ ਖੜੀ ਆ ਰਾਸ਼ਨ ਵਾਲੀ। ਅੱਛਾ, ਕੋਈ ਇੱਥੇ ਰਾਸ਼ਨ ਨਹੀਂ ਭਰਾਵਾ, ਕੋਈ ਕੁਛ ਨਹੀਂ, ਬਸ ਇਹਨਾਂ ਨੇ ਤਾਂ ਕਿਹਾ ਸੀ ਨਾ ਵੀ ਰਾਸ਼ਨ ਵੀ ਘਰ ਘਰ ਪਹੁੰਚਾਵਾਂਗੇ, ਤੁਹਾਨੂੰ ਲੈਣਾ 'ਚ ਲੱਗਣ ਦੀ ਲੋੜ ਨਹੀਂ, ਅਸੀਂ ਜਿਹੜੇ ਐੱਮ ਐੱਲ ਏ ਉਹ ਵੀ ਸੱਥਾਂ 'ਚ ਬੈਠ ਕੇ ਕੰਮ ਕਰਿਆ ਕਰਨਗੇ। ਐਂ ਤਾਂ ਮੈਂ ਉੱਥੇ ਜਿੱਥੇ ਇਹਦਾ ਜਨਮ ਦਿਨ ਮਨਾਇਆ ਸੀ ਕਿ ਨਹੀਂ, ਕਿਹੜਾ ਪਿੰਡ ਸੀ ਉਹ, ਸੰਗਰੂਰ ਤੋਂ ਅੱਗੇ ਭਗਵੰਤ ਮਾਨ ਦਾ, ਉੱਥੇ ਆਇਆ ਸੀ ਨਾ, ਉੱਡੇ ਜਾਂਦੇ ਮੈਂ ਗੱਡੀ ਘੱਲਿਆ ਕਰੂੰ ਆਟੇ ਦੀ ਅਤੇ ਦਾਲ ਦੀ, ਅਤੇ ਮੈਨੂੰ ਤਾਂ ਲੱਗਦਾ ਨਹੀਂ ਆਈ ਹਾਲੇ, ਮਗਰੋਂ ਆਊਗੀ। ਮੈਂ ਉਹ ਗਿਆ ਸੀ ਰੇਲੀ 'ਤੇ, ਗੱਡੀ ਨਹੀਂ ਬਣੀ ਹਾਲੇ, ਬਣੀ ਨਹੀਂ ਨਾ ਹਾਲੇ, ਦਾਲ ਬਣੀ ਉਹ ਦਾਲ ਵੀ ਬਣੀ ਹੈ ਜਿਹੜੀ ਕਿਹਾ ਸੀ ਵੀ ਤੁਹਾਡੇ ਘਰੇ ਪਹੁੰਚਾਇਆ ਕਰਾਂਗੇ, ਨਾ ਆਟਾ ਉਹ, ਨਾ ਦਾਲ, ਨਾ ਆਟਾ, ਨਾ ਕਣਕ, ਨਾ ਹਰਦੀ ਦੇਣੀ ਸੀ। ਬਸ ਹੁਣ ਤਾਂ ਪੁੱਛਣਾ ਭਰਾਵਾ, ਬਾਹਲੀਆਂ ਗੱਲਾਂ ਅਖਵਾ ਉਹਨਾਂ ਦਾ, ਤੂੰ ਕੀ ਲੈਣਾ,
ਨਹੀਂ ਬਾਪੂ ਗੱਲ ਹੋਰ ਹੈ, ਜਿਹੜੇ ਮੈਂ ਲਾਗ ਨੀਨਕ ਬਣਾਈ ਸੀ ਪਿੰਡਾਂ ਦੇ ਵਿੱਚ, ਉਹ 'ਚ ਕਹਿੰਦੇ ਇਲਾਜ ਫਰੀ ਹੁੰਦਾ, ਤੁਹਾਡੇ ਪਿੰਡ 'ਚ ਹੈਗਾ ਮੈਂ ਲਾਗ ਨੀਨਕ ਇਲਾਜ ਫਰੀ ਹੁੰਦਾ? ਹੈਗੇ ਪੰਜ ਛੇ ਹੈਗੇ ਸਾਡੇ, ਅਕਲ ਗਿਆ। ਅੱਛਾ, ਫਿਰ ਹੀ ਕਹਦਾ ਉਹ ਸਾਡੇ ਇੱਥੇ ਗੋਲੀਆਂ ਮਿਲੀ ਜਾਂਦੀਆਂ ਉਹ ਦੇ ਦਿੰਦੀ ਹੈ, ਜੇ ਦੀਆਂ ਸਰਕਾਰ ਇੱਥੋਂ ਵਾਲੀ ਦੇ ਦਿੰਦੀ ਉਹ ਦੇ ਦਿੰਦੀ, ਮੈਂ ਵੀ ਲੈ ਕੇ ਆਇਆ ਉੱਥੋਂ। ਫਰਕ ਪੈ ਗਿਆ ਫਿਰ ਉੱਥੇ? ਉਹ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ। ਅੱਛਾ, ਹਾਂ ਫਰਕ ਪਿਆ ਹੋਵੇ ਫਿਰ ਮੈਂ ਦਿਹਾੜੀ ਨਾ ਜਾਂਦਾ। ਸਰਕਾਰ ਬਣੀ ਆ ਜਦੋਂ ਆਟਾ ਕੁੱਟਾ ਦੇਈ ਜਾਂਦੇ, ਜਾਣ ਦੀ ਕੰਮ ਕਰਨ ਦੀ ਲੋੜ ਨਹੀਂ ਸਰਕਾਰ ਕਹਿੰਦੀ, ਤਾਂ ਮੈਂ ਜਾਂਦਾ ਨਹੀਂ, ਤਾਂ ਜਾਂਦਾ ਨੀਗਾ, ਮੌਜ ਨਾਲ ਖਾ ਲਈਦਾ ਬਹਿ ਜਾਈਦਾ। ਇਹ ਸਾਡੇ ਰਾਹ ਆਉਂਦੇ ਰਹਿਣ ਜਿਹਨਾਂ ਤੋਂ ਲਿਆਈ ਦੀ ਕਣਕ, ਇਹ ਤਾਂ ਸਾਨੂੰ ਦੇ ਹੀ ਬੈਠੇ ਆ। ਸਰਕਾਰ ਨੇ ਬਦਲਾ ਕੇ ਵੋਟਾਂ ਲਈਆਂ ਸੀਗੀਆਂ, ਠੱਗੀਆਂ ਮਾਰ ਕੇ ਲੈ ਗਏ, ਉਹ ਤਾਂ ਫਿਰ ਆ ਗਏ, ਆ ਜਾਣ ਤਾਂ ਚੰਗੀ ਗੱਲ ਆ ਗਈ, ਤਾਂ ਵੀ ਵੇਖਾਂਗੇ ਪਾ ਦੇਵਾਂਗੇ ਜੇ ਜੀ ਸਰੀ ਉਹਨਾਂ ਨੂੰ ਇੱਕ ਅੱਧੀ ਵਿੱਚ ਰੋੜ ਦੇਵਾਂਗੇ। ਅੱਛਾ।